ਹੈਲੋ एवरीवन 웰ਕਮ ਟੂ ਯੂਨ ਹਾਈ ਫਾਈ ਜੀ ਕੇ ਗੁਰੂ ਜੀ YouTube ਚੈਨਲ ਸਾਡੇ ਇਸ ਚੈਨਲ ਰਾਹੀਂ ਤੁਸੀਂ ਮੇਰੇ ਨਾਲ ਕਵਰ ਕਰ ਰਹੇ ਹੋ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੀ 6th ਕਲਾਸ ਤੋਂ ਲੈ ਕੇ +2 ਕਲਾਸ ਤੱਕ ਦੀ ਹਿਸਟਰੀ ਜਿਹੜੀ ਹਿਸਟਰੀ ਦਾ ਅਧਿਐਨ ਆਪਾਂ ਕਰ ਰਹੇ ਆ ਆਪਾਂ 2 ਦਾ ਪੁਆਇੰਟ ਕੁਐਸਚਨ ਸੀਰੀਜ਼ ਦੇ ਰਾਹੀਂ ਕਰ ਰਹੇ ਆ ਐਂਡ ਜਿਹੜੇ ਵੀ ਕੈਂਡੀਡੇਟਸ ਮੇਰੀਆਂ ਨਾਲ ਵੀਡੀਓ ਵਿੱਚੋਂ ਸਟੱਡੀ ਕਰ ਰਹੇ ਨੇ ਉਹਨਾਂ ਦਾ ਇੱਕ ਵੀ ਕੁਐਸਚਨ ਬਾਹਰ ਨਹੀਂ ਜਾਣ ਵਾਲਾ ਕਿਉਂਕਿ ਟੌਪਿਕ ਨਾਲ ਰਿਲੇਟਡ ਜਿੰਨੇ ਵੀ 2 ਦਾ ਪੁਆਇੰਟ ਕੁਐਸਚਨ ਬੰਦੇ ਸੀ ਉਹ ਮੈਂ ਤੁਹਾਨੂੰ ਸਾਰੇ ਕਵਰ ਕਰਵਾਏ ਆ ਐਂਡ ਨਾਲ ਹੀ ਨਾਲ ਮੇਰੀ ਇਹ ਰਿਕਵੈਸਟ ਆ ਕਿ ਵੀਡੀਓ ਨੂੰ ਦੇਖਣ ਤੋਂ ਬਾਅਦ ਉਹਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਦਿਆ ਕਰੋ ਤਾਂ ਕਿ ਜਿਹੜੇ ਹੋਰ ਕੈਂਡੀਡੇਟਸ ਮਾਸਟਰ ਜੇਡਾ ਦੀ ਤਿਆਰੀ ਕਰ ਰਹੇ ਨੇ ਉਹਨਾਂ ਦਾ ਵੀ ਭਲਾ ਹੋ ਜਾਵੇ ਅੱਜ ਦਾ ਆਪਣਾ ਇੱਥੇ ਪੜਨ ਦਾ ਵਿਸ਼ਾ ਹੈਗਾ ਗੁਪਤਵੰਚ ਦੇਖੋ ਇਹ ਤੋਂ ਪਹਿਲਾਂ ਆਪਾਂ ਮੌਰੀਆ ਵੰਸ਼ ਬਾਰੇ ਪੜਿਆ ਸੀਗਾ ਮੌਰੀਆ ਵੰਸ਼ ਤੋਂ ਪਹਿਲਾਂ ਸੀ ਕਿ ਭਾਰਤੀ ਸਾਮਰਾਜ ਜਿਹੜਾ ਸੀਗਾ ਠੀਕ ਆ ਉਹਦੇ ਵਿੱਚ ਉਥਲ ਪੁਥਲ ਮੱਚੀ ਹੋਈ ਸੀਗੀ ਛੋਟੇ ਛੋਟੇ ਰਾਜਾਂ ਵਿੱਚ ਵੰਡਿਆ ਹੋਇਆ ਸੀ ਮੌਰੀਆ ਨੇ ਉਹਨਾਂ ਨੂੰ ਸੰਗਠਿਤ ਕਰ ਲਿਆ ਸੀ ਉਹ ਤੋਂ ਬਾਅਦ ਜਦੋਂ ਮੌਰੀਆ ਦਾ ਪਤਨ ਹੋ ਗਿਆ ਭਾਰਤ ਦੀ ਜਿਹੜੀ ਰਾਜਨੀਤਿਕ ਇਹੋ ਜੀ ਸਥਿਤੀ ਦਾ ਫਾਇਦਾ ਉਠਾ ਕੇ ਕੀ ਕੀਤਾ ਕਿ ਭਾਰਤ ਦੇ ਕੋਈ ਛੋਟੇ-ਛੋਟੇ ਰਾਜ ਜਿਹੜੇ ਸੀਗੇ ਉਹ ਸੁਤੰਤਰ ਹੋ ਗਏ ਉਹਨਾਂ ਨੇ ਆਪਣੀ ਸੁਤੰਤਰਤਾ ਦਾ ਐਲਾਨ ਕਰਤਾ ਨਾਲ ਹੀ ਕੀ ਸੀਗਾ ਵੀ ਭਾਰਤ ਦੇ ਕੁਝ ਹਿੱਸੇ ਜਿਹੜੇ ਸੀਗੇ ਉਹਨਾਂ ਤੇ ਵਿਦੇਸ਼ੀਆਂ ਨੇ ਹਮਲੇ ਕਰਕੇ ਆਪਣੇ ਰਾਜ ਕਾਇਮ ਕਰ ਲਏ ਸੀਗੇ ਇਨ੍ਹਾਂ ਸੁਤੰਤਰ ਰਾਜਾਂ ਵਿੱਚੋਂ ਕੀ ਹੋਇਆ ਵੀ ਉੱਤਰੀ ਭਾਰਤ ਦੇ ਵਿੱਚ ਦਾ ਜਿਹੜੇ ਕੁਸ਼ਾਨ ਰਾਜਾ ਸੀਗੇ ਠੀਕ ਹੈ ਕੁਸ਼ਾਨ ਵੰਸ਼ ਦੇ ਰਾਜੇ ਉਹਨਾਂ ਦਾ ਸ਼ਾਸਨ ਸੀਗਾ ਤੇ ਦੱਖਣੀ ਭਾਰਤ ਦੇ ਵਿੱਚ ਜਿਹੜੇ ਸातਵੰਨ ਸੀਗੇ ਉਹਨਾਂ ਦਾ ਪ੍ਰਸਿੱਧ ਸ਼ਾਸਨ ਹੋ ਗਿਆ ਸੀਗਾ ਥੈਨ ਆ ਗਿਆ ਹੁਣ ਆਪਾਂ ਗੁਪਤ ਵੰਸ਼ ਬਾਰੇ ਪੜ੍ਹ ਰਹੇ ਹਾਂ 34ਵੀਂ ਸਦੀ ਈਸਵੀ ਪੂਰਬ ਦੇ ਵਿੱਚ ਭਾਰਤ ਵਿੱਚ ਜਿਹੜੀ ਇਹ ਗੁਪਤ ਵੰਸ਼ ਦੀ ਸਥਾਪਨਾ ਹੋਈ ਸੀਗੀ ਸਮੁੰਦਰ ਗੁਪਤ ਹੋ ਗਿਆ ਤੇ ਚੰਦਰ ਗੁਪਤ ਦੂਜਾ ਹੋ ਗਿਆ ਇਹ ਦੋਨੇ ਗੁਪਤ ਵੰਸ਼ ਦੇ ਮਹਾਨ ਸ਼ਾਸਕ ਹੋਏ ਆ ਇਹਨਾਂ ਨੇ ਨਾ ਤਾਂ ਕੇਵਲ ਗੁਪਤ ਸਾਮਰਾਜ ਦੀ ਇਹ ਗੰਦੇ ਸੀਮਾਵਾਂ ਦਾ ਵਿਸਤਾਰ ਕੀਤਾ ਬਲਕਿ ਇਹਨਾਂ ਨੇ ਕੀ ਆ ਚੰਗੀ ਤਰ੍ਹਾਂ ਆਪਣੇ ਸਾਮਰਾਜ ਨੂੰ ਸੰਗਠਿਤ ਵੀ ਕੀਤਾ ਵਾ ਫਿਰ ਇਹਨਾਂ ਦੇ ਟਾਈਮ ਦੇ ਵਿੱਚ ਹਰੇਕ ਜਿਹੜਾ ਵਾ ਪਾਰਟ ਉਹਦੇ ਵਿੱਚ ਉન્નਤੀ ਹੋਈ ਆ ਚਾਹੇ ਉਹ ਸਮਾਜਿਕ ਹੋ ਗਿਆ ਆਰਥਿਕ ਧਾਰਮਿਕ ਕਲਾ ਸਾਹਿਤ ਵਿਗਿਆਨ ਟੈਕਨੋਲੋਜੀ ਸਾਰੇ ਖੇਤਰਾਂ ਦੇ ਵਿੱਚ ਉન્નਤੀ ਹੋਈ ਇਹਨਾਂ ਦੇ ਟਾਈਮ ਵਿੱਚ ਤਾਂ ਕਰਕੇ ਜਿਹੜਾ ਗੁਪਤ ਸਾਮਰਾਜ ਆ ਇਹਨੂੰ ਭਾਰਤੀ ਇਤਿਹਾਸ ਦਾ ਸੁਨਹਿਰੀ ਯੁੱਗ ਵੀ ਕਿਹਾ ਜਾਂਦਾ ਵਾ ਗੁਪਤ ਕਾਲ ਦੀ ਜਾਣਕਾਰੀ ਕਿੱਥੋਂ ਮਿਲਦੀ ਹੈ ਇਹਦੇ ਕੋਲੇ ਕਾਫੀ ਸਾਰੇ ਸੂਮੇ ਨੇ ਇਹਦੇ ਵਿੱਚ ਜਿੰਨਾ ਤੋਂ ਆਪਾਂ ਨੂੰ ਗੁਪਤ ਕਾਲ ਦੀ ਜਾਣਕਾਰੀ ਮਿਲਦੀ ਹੈ ਜਿਵੇਂ ਉਸ ਸਮੇਂ ਚੀਨੀ ਯਾਤਰੀ ਫਾਹਿਆਂ ਜਿਹੜਾ ਸੀ ਭਾਰਤ ਆਇਆ ਸੀ ਉਹਦਾ ਲਿਖਿਆ ਹੋਇਆ ਜਿਹੜਾ ਬਿਰਤਾਂਤ ਸੀਗਾ ਉਹ ਤੋਂ ਵੀ ਗੁਪਤ ਕਾਲ ਦੀ ਜਾਣਕਾਰੀ ਮਿਲਦੀ ਆ ਮਤਬਿਨਾ ਕਾਲੀਦਾਸ ਨੇ ਰਚਨਾਵਾਂ ਹੋ ਗਈਆਂ ਵਿਸਾਖ ਦਾਤ ਦਾ ਲਿਖਿਆ ਹੋਇਆ ਦੇਵੀ ਚੰਦਰ ਗੁਪਤਮ ਹੋ ਗਿਆ ਠੀਕ ਹੈ ਪੁਰਾਣ ਹੋ ਗਏ ਹਰੀ ਸੇਨ ਦਾ ਇਲਾਹਾਬਾਦ ਦਾ ਸਤੰਭ ਲੇਖ ਹੋ ਗਿਆ ਮਹਿਰੋਲੀ ਦਾ ਸਤੰਭ ਲੇਖ ਹੋ ਗਿਆ ਤੇ ਗੁਪਤ ਸ਼ਾਸਕਾਂ ਦੁਆਰਾ ਜਾਰੀ ਕੀਤੇ ਜਿਹੜੇ ਸ਼ਿੱਕੇ ਹੋ ਗਏ ਮੋਹਰਾ ਹੋਈਆਂ ਇਹ ਸਾਰੇ ਸਾਨੂੰ ਕੀ ਆ ਗੁਪਤ ਸਾਮਰਾਜ ਦੀ ਜਾਣਕਾਰੀ ਦਿੰਦੇ ਆ ਗੁਪਤ ਸਾਮਰਾਜ ਦੀ ਜਾਣਕਾਰੀ ਦੇ ਨਾਲ ਨਾਲ ਆਪਾਂ ਜਿਹੜੇ ਹੋਰ ਵੀ ਛੋਟੇ-ਮੋਟੇ ਰਾਜ ਜਿਹੜੇ ਸਤੰਤਰ ਸਥਾਪਿਤ ਹੋਏ ਆ ਉਹਨਾਂ ਨਾਲ ਰਿਲੇਟਡ ਵੀ ਕੁਐਸਚਨ ਕਰਾਂਗੇ ਤਾਂ ਆਓ ਅੱਜ ਦੀ ਇਸ ਵੀਡੀਓ ਨੂੰ ਸ਼ੁਰੂ ਕਰੀਏ ਅੱਗੇ ਸੰਗਮੰਚ ਦਾ ਆਸਨ ਸਥਾਪਕ ਕੌਣ ਸੀ ਪੁਸ਼ਯਾਮਿੱਤਰ ਸੰਗ ਪੁਸ਼ਯਾਮਿੱਤਰ ਸਿੰਘ ਅਸ਼ੰਤੇ ਕਦੋਂ ਬੈਠਿਆ 184 ਇਸਵੀ ਪੂਰਬ ਦੇ ਵਿੱਚ ਸੰਗਵੰਸ਼ ਦੇ ਕਿੰਨਾ ਸਮਾਂ ਰਾਜ ਕੀਤਾ ਦੇਖੋ ਜਿਹੜਾ ਸੰਗਵੰਸ਼ ਸੀ ਉਹਨੇ 112 ਸਾਲ ਰਾਜ ਕੀਤਾ ਸੀ ਲਗਾਤਾਰ 184 ਇਸਵੀ ਪੂਰਬ ਤੋਂ ਲੈ ਕੇ 72 ਇਸਵੀ ਪੂਰਬ ਦੇ ਤੱਕ ਜਿਹੜਾ ਸੀ ਰਾਜ ਕੀਤਾ ਸੀ ਇਹਨਾਂ ਨੇ ਮਗਧ ਤੇ ਰਾਜ ਕੀਤਾ ਸੀ ਸੰਗਵੰਸ਼ ਦੇ ਕਿੰਨੇ ਰਾਜੇ ਹੋਏ 10 ਰਾਜੇ ਹੋਏ ਸੰਗਵੰਸ਼ ਦਾ ਸ਼ਕਤੀਸ਼ਾਲੀ ਸ਼ਾਸਕ ਕੌਣ ਸੀ ਪੁਸ਼ਯਮਿੱਤਰ ਸੰਗ ਜਿਹੜਾ ਸੀਗਾ ਸੰਗਵੰਸ਼ ਦਾ ਸਭ ਤੋਂ ਸ਼ਕਤੀਸ਼ਾਲੀ ਸ਼ਾਸਕ ਸੀਗਾ ਇਹਨਾਂ ਕੀ ਕੀਤਾ ਸੀ ਕਿ ਜਨਾਨੀਆਂ ਨੂੰ ਜਿਨ੍ਹਾਂ ਨੇ ਭਾਰਤ ਦੇ ਉੱਤਰ ਪੱਛਮੀ ਸੀਮਾ ਤੇ ਆਪਣਾ ਰਾਜ ਕਾਇਮ ਕਰ ਲਿਆ ਸੀ ਉਹਨਾਂ ਨੂੰ ਵੀ ਕਰਾਰੀ ਹਾਰ ਦਿੱਤੀ ਸੀਗੀ ਤੇ ਇਹ ਜਿਹੜੀ ਪੁਛਿਆ ਮਿੱਤਰ ਸੰਗ ਦੀ ਹੈ ਸਭ ਤੋਂ ਮਹੱਤਵਪੂਰਨ ਸਫਲਤਾ ਵੀ ਰਹੀ ਆ ਅੱਗੇ ਹੈ ਸੰਗ ਸ਼ਾਸਕ ਕਿਹੜੇ ਮਤ ਨੂੰ ਮੰਨਦੇ ਸਨ Hindu ਮਤ ਨੂੰ ਸੰਗ ਸ਼ਾਸਕਾਂ ਦੀ ਰਾਜ ਭਾਸ਼ਾ ਕਿਹੜੀ ਸੀ ਸੰਸਕ੍ਰਿਤ ਸੰਗ ਸ਼ਾਸਕਾ ਦੇ ਰਾਜ ਵਿੱਚ ਸੰਸਕ੍ਰਿਤ ਦਾ ਕਿਹੜਾ ਪ੍ਰਸਿੱਧ ਵਿਦਵਾਨ ਹੋਇਆ ਪਤੰਜਲੀ ਪਤੰਜਲੀ ਜਿਹੜਾ ਸੀਗਾ ਇਹਨੇ ਪੁਛਿਆ ਮਿੱਤਰ ਸੰਗ ਦੇ ਲਈ ਅਸ਼ਮੇਦ ਜਗ ਵੀ ਕਰਵਾਏ ਸੀ ਸੰਗ ਕਾਲ ਵਿੱਚ ਕਾਨੂੰਨ ਦੀ ਕਿਹੜੀ ਪ੍ਰਸਿੱਧ ਪੁਸਤਕ ਲਿਖੀ ਗਈ ਮੰਨੂ ਸਮਿਰਤੀ ਕਿਹੜੇ ਸਤੂਪਾਂ ਤੋਂ ਸੰਗਵੰਸ਼ ਦੀ ਉੱਤਮ ਕਲਾ ਦਾ ਪਤਾ ਲੱਗਦਾ ਹੈ ਸਾਂਚੀ ਅਤੇ ਪਰਹੋਤ ਸਤੂਪਾਂ ਤੋਂ ਜਿਹੜਾ ਹੈਗਾ ਸੰਗਵੰਸ਼ ਦਾ ਪਤਾ ਲੱਗਦਾ ਵਾ ਅੱਗੇ ਜਿਹੜਾ ਵੰਸ਼ ਆਇਆ ਉਹ ਹੈਗਾ ਕਨਵ ਵੰਸ਼ ਕਨਵ ਵੰਸ਼ ਦਾ ਸੰਸਥਾਪਕ ਕੌਣ ਸੀਗਾ 바ਸੂਦੇਵ 바ਸੂਦੇਵ ਨੇ ਕਨਵ ਵੰਸ਼ ਦੀ ਨੀਂ ਕਦੋਂ ਰੱਖੀ 72 ਇਸਵੀ ਪੂਰਬ ਵਿੱਚ ਕਣਾਂਵੰਛ ਦੀ ਨਹੀਂ ਕਿੱਥੇ ਰੱਖੀ ਗਈ ਮਗਧ ਵਿੱਚ 바ਸੂਦੇਵ ਨੇ ਕਿਸ ਨੂੰ ਕਤਲ ਕਰਕੇ ਕਣਾਂਵੰਛ ਦੀ ਨਹੀਂ ਰੱਖੀ ਦੇਵ ਭੂਮੀ ਨੂੰ ਕਣਾਂਵੰਛ ਦਾ ਅੰਤ ਕਿਸ ਨੇ ਕੀਤਾ ਸਾਤਵਾਨਾ ਨੇ ਜੁਨਾਨੀਆਂ ਨੇ ਕਦੋਂ ਤੱਕ ਰਾਜ ਕੀਤਾ 200 ਇਸਵੀ ਪੂਰਬ ਤੱਕ ਜੁਨਾਨੀਆਂ ਨੇ ਭਾਰਤ ਦੇ ਕਿਹੜੇ ਭਾਗਾਂ ਵਿੱਚ ਰਾਜ ਕੀਤਾ ਉੱਤਰ ਪੱਛਮੀ ਭਾਗਾਂ ਵਿੱਚ ਜੁਨਾਨੀਆਂ ਦਾ ਸਭ ਤੋਂ ਪ੍ਰਸਿੱਧ ਅਤੇ ਸ਼ਕਤੀਸ਼ਾਲੀ ਸ਼ਾਸਕ ਕੌਣ ਸੀ ਮਿਨਾਂਡਰ ਮਿਨਾਂਡਰ ਨੇ ਕਿੰਨਾ ਸਮਾਂ ਰਾਜ ਕੀਤਾ 155 ਤੋਂ ਲੈ ਕੇ 130 ਬੀਪੂਰਵ ਤੱਕ 25 ਬਰੇ ਜਿਹੜਾ ਨੇ ਰਾਜ ਕੀਤਾ ਵਾ ਮਿਨਾਂਡਰ ਨੇ ਭਾਰਤ ਦੇ ਕਿਹੜੇ ਭਾਗਾਂ ਤੇ ਕਬਜ਼ਾ ਕੀਤਾ ਅਫਗਾਨਿਸਤਾਨ ਪੰਜਾਬ ਸਿੰਧ ਕਾਠੀਆਵਾੜਾ ਤੇ ਉੱਤਰ ਪ੍ਰਦੇਸ਼ ਤੇ ਜਨਾਨੀ ਸ਼ਾਸਕਾਂ ਨੇ ਭਾਰਤ ਵਿੱਚ ਕਿਸ ਨੂੰ ਆਪਣੀ ਰਾਜਧਾਨੀ ਬਣਾਇਆ? ਸਾਕਲ ਸਿਆਲਕੋਟ ਨੂੰ ਜਿਹੜਾ ਸੀਗਾ ਰਾਜਧਾਨੀ ਬਣਾਇਆ ਸੀਗਾ। ਕਿਹੜੇ ਜਨਾਨੀ ਸ਼ਾਸਕ ਨੇ ਸਾਕਲ ਨੂੰ ਆਪਣੀ ਰਾਜਧਾਨੀ ਬਣਾਇਆ? ਮਿਨਾਂਂਡਰ ਨੇ। ਬੋਧੀ ਸਾਹਿਤ ਵਿੱਚ ਮਿਨਾਂਂਡਰ ਨੂੰ ਕੀ ਕਿਹਾ ਜਾਂਦਾ ਹੈ? ਮਲਿੰਦ। ਕੁੜੀਏ ਬਾਹਰ ਚਲੀ ਜਾ ਦੇ ਬੋਲਣਾ ਤਾਂ। ਜਨਾਨੀਆਂ ਦਾ ਇੱਕ ਹੋਰ ਪ੍ਰਸਿੱਧ ਰਾਜਾ ਕਿਹੜਾ ਸੀ? ਐਂਟੀਆਲਕੀਡਸ। ਐਂਟੀਆਲਕੀਡਸ ਨੇ ਆਪਣੀ ਰਾਜਧਾਨੀ ਕਿਹੜੀ ਬਣਾਈ? ਤਕਸ਼ਿਲਾ ਦੇਖੋ ਪਹਿਲਾ ਜਿਹੜਾ ਮਲਿੰਦ ਸੀ ਉਹਨੇ ਆਪਣੀ ਰਾਜਧਾਨੀ ਸਾਕਲ ਸਿਆਲਕੋਟ ਬਣਾਈ ਸੀ ਤੇ ਜਿਹੜਾ ਇੱਕ ਹੋਰ ਸ਼ਾਸਕ ਆ ਜੁਨਾਨੀਆਂ ਦਾ ਐਂਟੀਅਲਕੀਡਸ ਉਹਨੇ ਆਪਣੀ ਰਾਜਧਾਨੀ ਤਕਸ਼ਿਲਾ ਬਣਾਈ ਐਂਟੀਅਲਕੀਡਸ ਦਾ ਰਾਜਪੂਤ ਕੌਣ ਸੀ ਹੈਲਿਓਡੋਰਸ ਐਂਟੀਅਲਕੀਟਸ ਨੇ ਹੈਲਿਓਡੋਰਸ ਨੂੰ ਕਿਸਦੇ ਦਰਬਾਰ ਵਿੱਚ ਭੇਜਿਆ ਵਦਿਸ਼ਾ ਵੇਸ਼ਨਾਗਰ ਦੇ ਸ਼ਾਸਕ ਕਾਸ਼ੀ ਪੁੱਤਰ ਭਾਗ ਭੱਦਰ ਦੇ ਰਾਜ ਦਰਬਾਰ ਦੇ ਵਿੱਚ ਭੇਜਿਆ ਸੀਗਾ ਹੈਲਿਓਡੋਰਸ ਨੂੰ ਭਗਵਾਨ ਵਾਸੂਦੇਵ ਦੀ ਯਾਦ ਵਿੱਚ ਬਦਿਸ਼ਾ ਵਿੱਚ ਕਿਸ ਨੇ ਸਤੰਭ ਬਣਵਾਇਆ ਹੈਲਿਓਡੋਰਸ ਨੇ ਜ਼ਿਆਦਾਤਰ ਜਨਾਨੀ ਰਾਜਿਆਂ ਨੇ ਕਿਹੜੇ ਧਰਮ ਅਪਣਾਏ Hindu ਅਤੇ Buddha ਧਰਮ ਭਾਰਤੀਆਂ ਨੇ ਜਨਾਨੀਆਂ ਤੋਂ ਕਿਹੜੀ ਕਲਾ ਸਿੱਖੀ ਸੁੰਦਰ ਸਿੱਕੇ ਬਣਾਉਣ ਅਤੇ ਉਹਨਾਂ ਤੇ ਚਿੱਤਰ ਅੰਕਿਤ ਕਰਨ ਦੀ ਕਲਾ ਜੋਤਿਸ਼ ਵਿੱਦਿਆ ਦੇ ਖੇਤਰ ਦੀ ਸਿੱਖਿਆ ਦੇਖੋ ਜਿਹੜੇ ਭਾਰਤੀ ਨੇ ਉਹਨਾਂ ਨੇ ਸੁੰਦਰ ਤਰ੍ਹਾਂ ਦੇ ਸਿੱਕੇ ਬਣਾਉਣੇ ਠੀਕ ਹੈ ਤੇ ਉਹਨਾਂ ਉੱਪਰ ਚਿੱਤਰ ਬਣਾਉਣ ਦੀ ਕਲਾ ਜਿਹੜੀ ਹੈ ਕੀ ਤੋਂ ਸਿੱਖੀ ਜੁਨਾਨੀਆਂ ਤੋਂ ਸਿੱਖੀ ਇਹ ਤਾਂ ਇਹਨਾਂ ਜਿਹੜੀ ਜੋਤਿਸ਼ ਵਿੱਦਿਆ ਬਾ ਉਹ ਵੀ ਭਾਰਤੀਆਂ ਨੇ ਜੁਨਾਨੀਆਂ ਤੋਂ ਸਿੱਖੀ ਆ ਕਿਹੜੀ ਕਲਾ ਨੇ ਭਾਰਤੀ ਕਲਾ ਦੇ ਖੇਤਰ ਵਿੱਚ ਇੱਕ ਨਵੀਂ ਕ੍ਰਾਂਤੀ ਲੈ ਆਂਦੀ ਗੰਧਾਰ ਕਲਾ ਨੇ ਜੁਨਾਨੀਆਂ ਦੇ ਕਾਲ ਵਿੱਚ ਕਿਸ ਦੀਆਂ ਖੂਬਸੂਰਤ ਮੂਰਤੀਆਂ ਬਣਾਈਆਂ ਗਈਆਂ ਮਹਾਤਮਾ ਬੁੱਧ ਦੀਆਂ 248 ਈਸਵੀ ਪੂਰਵ ਵਿੱਚ ਕਿਹੜੇ ਸ਼ਾਸਕ ਨੇ ਸਰੀਆ ਤੋਂ ਸੁਤੰਤਰ ਹੋਣ ਦਾ ਐਲਾਨ ਕਰ ਦਿੱਤਾ ਪਾਰਥੀਅਨ ਸ਼ਾਸਕ ਅਰਸ਼ਾਕੋਜ ਨੇ ਜਿਹੜੇ ਪੱਲਵ ਆ ਉਹਨਾਂ ਨੂੰ 파ਰਥियन ਕਿਹਾ ਜਾਂਦਾ ਵਾ ਪਹਿਲਾ ਭਾਰਤੀ 파ਰਥियन ਸ਼ਾਸਕ ਕਿਹੜਾ ਸੀ ਮਿਥਰਾ ਡੇਟਸ ਮਿਥਰਾ ਡੇਟਸ ਦੀ ਰਾਜਧਾਨੀ ਕੀ ਹੈ ਤਕਸ਼ਿਲਾ ਜਿਹੜੀ ਸੀ ਉਹਦੀ ਰਾਜਧਾਨੀ ਸੀ ਪੱਲਵ ਸ਼ਾਸਕਾਂ ਦੀ ਰਾਜਧਾਨੀ ਦਾ ਨਾਮ ਕੀ ਸੀ ਤਕਸ਼ਿਲਾ ਪੱਲਵ ਵੰਸ਼ ਦਾ ਸਭ ਤੋਂ ਪ੍ਰਸਿੱਧ ਸ਼ਾਸਕ ਕੌਣ ਸੀ ਗੋਡੋਫਰਨੀਜ਼ ਗੋਡੋਫਰਨੀਜ਼ ਨੇ ਕਿਹੜੇ ਇਲਾਕਿਆਂ ਨੂੰ ਆਪਣੇ ਅਧੀਨ ਕਰ ਲਿਆ ਗੰਧਾਰ ਪੰਜਾਬ ਅਤੇ ਸਿੰਧ ਦੇ ਇਲਾਕੇ ਜਿਹੜੇ ਸੀਗੇ ਗੌਡੋਫਰਨੀਜ਼ ਨੇ ਉਹਨਾਂ ਨੂੰ ਆਪਣੇ ਅਧੀਨ ਕਰ ਲਿਆ ਸੀਗਾ ਗੌਡੋਫਰਨੀਜ਼ ਦੇ ਦਰਬਾਰ ਵਿੱਚ ਇਸਾਈ ਧਰਮ ਦਾ ਪ੍ਰਚਾਰ ਕਰਨ ਲਈ ਕੌਣ ਆਇਆ ਸੰਤ ਟਾਮਜ਼ ਸੰਤ ਟਾਮਜ਼ ਜਿਹੜਾ ਸੀਗਾ ਇੱਕ ਇਸਾਈ ਸੰਤ ਸੀਗਾ ਉਹ ਗੌਡੋਫਰਨੀਜ਼ ਦੇ ਟਾਈਮ ਦੇ ਵਿੱਚ ਜਿਹੜਾ ਸੀਗਾ ਇਸਾਈ ਧਰਮ ਦਾ ਪ੍ਰਚਾਰ ਕਰਨ ਲਈ ਆਇਆ ਸੀਗਾ ਪੱਲਵਾਂ ਨੂੰ ਹੋਰ ਕਿਸ ਨਾਂ ਨਾਲ ਜਾਣਿਆ ਜਾਂਦਾ ਹੈ ਹਿੰਦਪਾਰਥੀਅਨ ਕਿੰਨਾ ਦੇ ਹਮਲਿਆ ਕਾਰਨ ਪੱਲਵ ਸ਼ਾਸਕਾਂ ਦਾ ਅੰਤ ਹੋ ਗਿਆ ਕੁਸਾਨ ਸ਼ਾਸਕਾਂ ਦੇ ਹਮਲਿਆਂ ਦੇ ਕਾਰਨ ਕਿਉਂਕਿ ਦੇਖੋ ਜਿਹੜਾ ਗੌਂਡੋ ਫਰਨੀਸ ਸੀ ਉਹਦੇ ਜਿਹੜੇ ਉੱਤਰਾਧਿਕਾਰੀ ਸੀਗੇ ਉਹ ਕਮਜ਼ੋਰ ਸੀਗੇ ਸਿੱਟੇ ਵਜੋਂ ਕੀ ਹੋਇਆ ਵੀ ਆਪਣੇ ਰਾਜ ਨੂੰ ਸੰਭਾਲਣ ਵਿੱਚ ਅਸਫਲ ਹੋ ਗਏ ਤੇ ਕੁਸਾਨ ਜਿਹੜੇ ਸੀ ਉਹਨਾਂ ਨੇ ਹਮਲੇ ਕਰਕੇ ਇਸ ਵੰਸ਼ ਦਾ ਅੰਤ ਕਰਤਾ ਸੀਗਾ ਤੇ ਜਿਹੜੇ ਪੱਲਵ ਸ਼ਾਸਕਾਂ ਨੇ ਭਾਰਤੀ ਸੰਸਕ੍ਰਿਤੀ ਨੂੰ ਅਪਣਾ ਲਿਆ ਸੀ ਉਹ ਭਾਰਤੀਆਂ ਨਾਲ ਰਲ ਮਿਲ ਗਏ ਸੀਗੇ ਤਾਂ ਕਰਕੇ ਇਹਨਾਂ ਦੀ ਜਿਹੜੀ ਇਹ ਸੱਭਿਤਾ ਵਾ ਜਾਂ ਜਿਹੜੇ ਰਾਜੇ ਨੇ ਇਹਨਾਂ ਨੂੰ ਹਿੰਦੂ ਭਾਰਤੀਆਂ ਵੀ ਕਿਹਾ ਜਾਂਦਾ ਵਾ ਅੱਗੇ ਹੈ ਸੱਕ ਕੌਣ ਸਨ ਮੱਧ ਏਸ਼ੀਆ ਦੀ ਰਹਿਣ ਵਾਲੀ ਇੱਕ ਖਾਨਾਬਦੋਸ ਜਾਤੀ ਕਿਹੜੀ ਜਾਤੀ ਨੇ ਸੱਕਾ ਨੂੰ ਮੱਧ ਏਸ਼ੀਆ ਵਿੱਚੋਂ ਕੱਢ ਦਿੱਤਾ ਸੀਨ ਦੀ ਜੋਚੀ ਜਾਤੀ ਨੇ ਪਹਿਲੀ ਸਦੀ ਵਿੱਚ ਸੱਕਾਂ ਦਾ ਪ੍ਰਸਿੱਧ ਰਾਜਾ ਕੌਣ ਸੀ ਭੋਜ ਸੱਕਾਂ ਦਾ ਸਭ ਤੋਂ ਪ੍ਰਸਿੱਧ ਸ਼ਾਸਕ ਕੌਣ ਸੀ ਰੁਦਰਦਮਨ ਕਿਹੜੇ ਲੋਕਾਂ ਨੇ ਸੱਕਾਂ ਨੂੰ ਭਾਰਤ ਦੇ ਉੱਤਰ ਪੱਛਮੀ ਭਾਗਾਂ ਵਿੱਚੋਂ ਕੱਢ ਦਿੱਤਾ ਸੀ ਪਹਿਲੀ ਸਦੀ ਈਸਵੀ ਦੇ ਉੱਤਰਧ ਵਿੱਚ ਜਿਹੜੇ ਚੀਨ ਦੀ ਜੂਤੀ ਜਾਂਦੀ ਸੀ ਉਹਨਾਂ ਨੇ ਸੱਤਾਂ ਨੂੰ ਜਿਹੜਾ ਸੀ ਕੱਢਤਾ ਸੀ ਉੱਥੋਂ ਕਿਹੜਾ ਸੱਤ ਸ਼ਾਸਕ ਚੰਗਾ ਵਿਦਵਾਨ ਸੀ ਰੁਦਰਦਮਨ ਰੁਦਰਦਮਨ ਨੇ ਕਿਹੜੀ ਝੀਲ ਦੀ ਮੁਰੰਮਤ ਕਰਵਾਈ ਸੁਦਰਸ਼ਨ ਝੀਲ ਦੀ ਰੁਦਰਦਮਨ ਪਹਿਲੇ ਦੀਆਂ ਪ੍ਰਾਪਤੀਆਂ ਦੀ ਜਾਣਕਾਰੀ ਕਿੱਥੋਂ ਮਿਲਦੀ ਹੈ ਜੂਨਾਗੜ ਤੋਂ ਪ੍ਰਾਪਤ ਇੱਕ ਵੀ ਲੇਖ ਤੋਂ ਜੂਨਾਗੜ ਤੋਂ ਪ੍ਰਾਪਤ ਹੋਇਆ ਵੀ ਲੇਖ ਕਿਹੜੀ ਭਾਸ਼ਾ ਵਿੱਚ ਲਿਖਿਆ ਗਿਆ ਹੈ ਸanskrit ਵਿੱਚ ਸੱਕਾ ਨੇ ਕਿਸ ਨੂੰ ਆਪਣੀ ਰਾਜ ਭਾਸ਼ਾ ਬਣਾਇਆ ਸੰਸਕ੍ਰਿਤ ਨੂੰ ਸੱਕਾ ਦੇ ਸਮੇਂ ਭਾਰਤ ਦਾ ਵਪਾਰ ਕਿਹੜੇ ਦੇਸ਼ ਨਾਲ ਵਧ ਗਿਆ ਰੋਮ ਨਾਲ ਰੋਮ ਨਾਲ ਵਪਾਰ ਕਰਨ ਦਾ ਭਾਰਤ ਨੂੰ ਕੀ ਫਾਇਦਾ ਹੋਇਆ ਕਿ ਜਿਹੜਾ ਰੋਮ ਸੀ ਉਹਦਾ ਸੋਨਾ ਵੱਡੀ ਮਾਤਰਾ ਵਿੱਚ ਭਾਰਤ ਆਉਣ ਲੱਗ ਗਿਆ ਸੀਗਾ ਕੁਸਾਨ ਕਿਹੜੇ ਕਬੀਲੇ ਨਾਲ ਸੰਬੰਧ ਰੱਖਦੇ ਸਨ ਜੁੱਤੀ ਰਾਤ ਦੇ ਕਬੀਲੇ ਨਾਲ ਕਿਸਨੇ ਕੁਸਾਨਾ ਨੂੰ ਹਰਾ ਕੇ ਚੀਨ ਤੋਂ ਕੱਢ ਦਿੱਤਾ ਹਯੁੰਗਜਾ ਹੂਨ ਜਾਤੀ ਦੇ ਲੋਕਾਂ ਨੇ ਕੁਸਾਣ ਵੰਸ਼ ਦਾ ਸੰਸਥਾਪਕ ਕੌਣ ਸੀ ਕੁਜਲ ਕੋਡਫਿਸਿਸ ਕੁਜਲ ਕੋਡਫਿਸਿਸ ਨੇ ਕਿਹੜੇ ਖੇਤਰਾਂ ਨੂੰ ਆਪਣੇ ਅਧੀਨ ਕਰਕੇ ਕੁਸਾਣ ਵੰਸ਼ ਦੀ ਨੀਂ ਰੱਖੀ ਗੰਧਾਰ ਅਤੇ ਅਫਗਾਨਿਸਤਾਨ ਨੂੰ ਕੁਜਲ ਕੋਡਫਿਸਿਸ ਦੇ ਕਿਹੜੇ ਪੁੱਤਰ ਨੇ ਭਾਰਤ ਦੇ ਅੰਦਰੂਨੀ ਭਾਗਾਂ ਇਸਨੇ ਪੰਜਾਬ ਤੇ ਉੱਤਰ ਪ੍ਰਦੇਸ਼ ਉੱਤੇ ਕਬਜ਼ਾ ਕੀਤਾ ਵਿੰਮ ਕੋਡ ਫਸਿਦ ਨੇ ਕੁਸਾਨ ਵੰਸ਼ ਦਾ ਸਭ ਤੋਂ ਮਹਾਨ ਸ਼ਾਸਕ ਕੌਣ ਸੀ ਕਨਿਸ਼ਕ ਕਿਹੜੇ ਸੱਕ ਸ਼ਾਸਕ ਨੇ ਕਸ਼ਮੀਰ ਅਤੇ ਮਗਧ ਨੂੰ ਆਪਣੇ ਅਧੀਨ ਕਰ ਲਿਆ ਕਨਿਸ਼ਕ ਨੇ ਕਨਿਸ਼ਕ ਦੇ ਸ਼ਾਸਨ ਕਾਲ ਦੀ ਸਭ ਤੋਂ ਮਹੱਤਵਪੂਰਨ ਘਟਨਾ ਕਿਹੜੀ ਸੀ ਚੀਨ ਦੀ ਜਿੱਤ ਵਾ ਜਿਹੜੀ ਕਨਿਸ਼ਕ ਦੇ ਸ਼ਾਸਨ ਦੀ ਸਭ ਤੋਂ ਮਹੱਤਵਪੂਰਨ ਘਟਨਾ ਰਹੀ ਹੈ ਕਨਿਸ਼ਕ ਨੇ ਕਿਸ ਨੂੰ ਸਾਮਰਾਜ ਦੀ ਰਾਜਧਾਨੀ ਬਣਾਇਆ ਪੁਰਸ਼ਪੁਰ ਜਾਂ ਪੇਸ਼ਾਵਰ ਜਿਹੜਾ ਸੀ ਉਹਨੂੰ ਆਪਣੀ ਰਾਜਧਾਨੀ ਬਣਾਇਆ ਸੀ ਉਹਨੂੰ ਬੁੱਧਚరిత్ర ਦਾ ਲੇਖਕ ਕੌਣ ਸੀ ਅਸ਼ਵਕੋਸ਼ ਮਹਾਵਿਭਾਸ਼ ਦਾ ਲੇਖਕ ਕੌਣ ਸੀ ਬਸੂਮਿੱਤਰ ਦੂਜੇ ਅਸ਼ੋਕ ਦੇ ਨਾਂ ਨਾਲ ਕਿਸ ਨੂੰ ਜਾਣਿਆ ਜਾਂਦਾ ਹੈ ਕਨਿਸ਼ਕ ਨੂੰ ਕਿਸ ਦੇ ਸ਼ਾਸਨ ਕਾਲ ਵਿੱਚ ਬੁੱਧ ਧਰਮ ਹੀਣ ਜਾਣ ਅਤੇ ਮਹਾਯਾਨ ਵਿੱਚ ਵੰਡਿਆ ਗਿਆ ਕਨਿਸ਼ਕ ਦੇ ਟਾਈਮ ਦੇ ਵਿੱਚ ਤੁੱਕੇ ਦੇਖੋ ਕਨਿਸ਼ਕ ਦੇ ਟਾਈਮ ਦੇ ਵਿੱਚ ਕੀ ਹੋਇਆ ਸੀ ਕਸ਼ਮੀਰ ਦੇ ਵਿੱਚ ਚੌਥੀ ਬੋਧ ਸੰਗਤੀ ਹੋਈ ਸੀ ਉਹਦੇ ਵਿੱਚ ਜਿਹੜਾ ਬੁੱਧ ਧਰਮ ਸੀਗਾ ਦੋ ਭੰਗਾਂ ਵਿੱਚ ਵੰਡਿਆ ਗਿਆ ਸੀ ਹੀਨ ਜਾਂ ਤੇ ਮਹਾਜਾਨ ਦੇ ਵਿੱਚ ਕਨਿਸ਼ਕ ਨੇ ਚੌਥੀ ਮਹਾਸਭਾ ਦਾ ਆਯੋਜਨ ਕਿੱਥੇ ਕੀਤਾ ਸੀ ਕਸ਼ਮੀਰ ਵਿੱਚ ਕੁਸ਼ਾਨ ਕਾਲ ਦੀ ਕਲਾ ਦਾ ਸਭ ਤੋਂ ਪ੍ਰਸਿੱਧ ਕੇਂਦਰ ਕਿਹੜਾ ਸੀ ਗੰਧਾਰ ਕੁਸ਼ਾਨ ਕਾਲ ਵਿੱਚ ਕਿਹੜੀ ਭਾਸ਼ਾ ਦਾ ਕਾਫੀ ਵਿਕਾਸ ਹੋਇਆ ਸੰਸਕ੍ਰਿਤ ਦਾ ਕਨਿਸ਼ਕ ਦੇ ਕਾਲ ਵਿੱਚ ਕਿਹੜਾ ਸੰਮਤ ਸ਼ੁਰੂ ਹੋਇਆ ਸੱਕ ਸੰਮਤ ਸੱਕ ਸਮਤ ਕਦੋਂ ਸ਼ੁਰੂ ਹੋਇਆ 78 ਈਸਵੀ ਦੇ ਵਿੱਚ ਸੱਕ ਸਮਤ ਦੀ ਵਰਤੋਂ ਕਿਸ ਵੱਲੋਂ ਕੀਤੀ ਜਾਂਦੀ ਹੈ ਭਾਰਤ ਸਰਕਾਰ ਵੱਲੋਂ ਰਾਜਾ ਖਾਰਵੈਲ ਕਿੱਥੋਂ ਦਾ ਸ਼ਾਸਕ ਸੀ ਉੜੀਸਾ ਦਾ ਕਲਿੰਗ ਦਾ ਸ਼ਾਸਕ ਕੌਣ ਸੀ ਖਾਰਵੈਲ ਉੜੀਸਾ ਵਾ ਜਿਹੜਾ ਉਹਦਾ ਨਾਮ ਹੀ ਕਲਿੰਗ ਸੀਗਾ ਰਾਜਾ ਖਾਰਵੈਲ ਕਲਿੰਗ ਦੀ ਗੱਦੀ ਤੇ ਕਦੋਂ ਬੈਠਾ 24 ਈਸਵੀ ਪੂਰਬ ਵਿੱਚ ਖਾਰਵੈਲ ਸ਼ਾਸਕ ਦੇ ਰਾਜ ਦੀ ਜਾਣਕਾਰੀ ਕਿੱਥੋਂ ਮਿਲਦੀ ਹੈ ਹਾਥੀ ਗੁਫਾ ਦੇ ਇੱਕ ਵਿਲੇਖ ਤੋਂ ਖਾਰਵੈਲ ਨੇ ਕਿਹੜੇ ਰਾਜਾਂ ਨੂੰ ਆਪਣੇ ਅਧੀਨ ਕੀਤਾ ਦੱਖਣ ਵਿੱਚ ਪਾਂਡਯਾ ਰਾਜ ਨੂੰ ਅਤੇ ਉੱਤਰ ਵਿੱਚ ਮਗਧ ਦੇ ਅੰਗ ਰਾਜ ਨੂੰ ਖਾਰਵੈਲ ਕਿਹੜੇ ਮਤ ਦਾ ਵੱਡਾ ਸਰਪ੍ਰਸਤ ਸੀ ਜੈਨ ਮਤ ਦਾ ਖਾਰਵੈਲ ਨੇ ਆਪਣੀ ਰਾਜਧਾਨੀ ਨੂੰ ਕਿਵੇਂ ਸਜਾਇਆ ਖੂਬਸੂਰਤ ਮੈਦਾਨ ਬਾਗਾਂ ਤੇ ਫੁਹਾਰਿਆਂ ਦੇ ਨਾਲ ਜਿਹੜਾ ਸੀਗਾ ਉਹਨੇ ਆਪਣੀ ਰਾਜਧਾਨੀ ਨੂੰ ਸਜਾਇਆ ਹੋਇਆ ਸੀ ਇਤੋ ਬਿਨਾ ਕੀ ਸੀਗਾ ਕਿ ਉਹਨੇ ਜੰਨੀਆਂ ਲਈ ਤੇ ਬਹੁਤ ਸਾਰੀਆਂ ਗੁਫਾਵਾਂ ਵੀ ਬਣਵਾਈਆਂ ਸੀਗੀਆਂ ਖਾਰਬਲ ਨੇ 7ਵਾਂ ਵੰਸ਼ ਦੀ ਸਥਾਪਨਾ ਕਿਸ ਨੇ ਕੀਤੀ ਸੀਮੁਕ ਨੇ ਸੀਮੁਕ ਨੇ 7ਵਾਂ ਵੰਸ਼ ਦੀ ਸਥਾਪਨਾ ਕਦੋਂ ਕੀਤੀ 230 ਈਸਵੀ ਪੂਰਬ ਦੇ ਵਿੱਚ 7ਵਾਂ ਵੰਸ਼ ਦਾ ਸਭ ਤੋਂ ਸ਼ਕਤੀਸ਼ਾਲੀ ਸ਼ਾਸਕ ਕੌਣ ਸੀ ਗੌਤਮੀ ਪੁੱਤਰ ਸਾਤ ਕਰਨੀ 7ਵਾਂ ਸ਼ਾਸਕਾ ਨੇ ਕਿੰਨਾ ਸਮਾਂ ਰਾਜ ਕੀਤਾ 450 ਸਾਲਾਂ ਤੱਕ ਜਿਹੜਾ ਸੀ ਸਤਵਨ ਸ਼ਾਸਕਾਂ ਨੇ ਰਾਜ ਕੀਤਾ ਸੀ ਸਤਵਨਾਂ ਦੇ ਸਮੇਂ ਏਸ਼ੀਆ ਦਾ ਵਪਾਰ ਕਿਹੜੇ ਦੇਸ਼ਾਂ ਨਾਲ ਵਧ ਗਿਆ ਰੋਮ ਅਤੇ ਪੱਛਮ ਦੇ ਦੇਸ਼ਾਂ ਨਾਲ ਸਤਵਨਾਂ ਦੀਆਂ ਪ੍ਰਸਿੱਧ ਬੰਦਰਗਾਹਾਂ ਕਿਹੜੀਆਂ ਸਨ ਪੜੌਚ ਸੁਪਾਰਾ ਤੇ ਕਲਿਆਣ ਨੇ ਜਿਹੜੀਆਂ ਸਤਵਨਾਂ ਦੀਆਂ ਪ੍ਰਸਿੱਧ ਬੰਦਰਗਾਹਾਂ ਸੀਗੀਆਂ ਇਹ ਸਤਵਨ ਸ਼ਾਸਕ ਕਿਹੜੇ ਧਰਮ ਦੇ ਉਨਿਆਈ ਸਨ ਵੈਸ਼ਨਵ ਧਰਮ ਦੇ ਸਤਵਾਨਾਂ ਦੀ ਕਲਾ ਦੇ ਪ੍ਰਸਿੱਧ ਕੇਂਦਰ ਕਿਹੜੇ ਹਨ ਅਮਰਾਵਤੀ ਅਤੇ ਨਾਗਰਜੁਨਕੌਂਡਾ ਸਤਵਾਨਾਂ ਨੇ ਕਿਸਦਾ ਨਿਰਮਾਣ ਕਰਵਾਇਆ ਬੋਧ ਮੰਡ ਘੁਫਾਮਾਂ ਸਤੂਪ ਅਤੇ ਚੈਤਿਆ ਚੈਤਿਆ ਕੀ ਹਨ ਪ੍ਰਾਰਥਨਾ ਘਰ ਸਤਵਾਨਾਂ ਦੇ ਸਮੇਂ ਦੇ ਸੁੰਦਰ ਕਲਾ ਦੇ ਨਮੂਨੇ ਕਿਹੜੇ ਹਨ ਕਾਰਲੀ ਦਾ ਚੈਤਿਆ ਅਤੇ ਅਮਰਾਵਤੀ ਦਾ ਸਤੂਪ ਸਤਵਾਨਾਂ ਦੇ ਸਮੇਂ ਵਿੱਚ ਕਿਹੜੀ ਭਾਸ਼ਾ ਨੇ ਵਿਕਾਸ ਕੀਤਾ ਪ੍ਰਾਕ੍ਰਿਤ ਭਾਸ਼ਾ ਨੇ ਸਤਵਾਨਾ ਤੋਂ ਬਾਅਦ ਦੱਖਣੀ ਭਾਰਤ ਵਿੱਚ ਤੀਸਰੀ ਤੋਂ 6ਵੀਂ ਸਦੀ ਵਿਚਕਾਰ ਕਿਹੜੇ ਨਵੇਂ ਰਾਜਾਂ ਦੀ ਸਥਾਪਨਾ ਹੋਈ ਅਮੀਰ ਕਾਦੰਬ ਇਕਸ਼ਵਾਕੂ ਪੱਲਵ ਚੋਲ ਚੇਰ ਅਤੇ ਪੰਡਿਆ ਤੀਸਰੀ ਸਦੀ ਤੋਂ 6ਵੀਂ ਸਦੀ ਦਾ ਸਭ ਤੋਂ ਮਹੱਤਵਪੂਰਨ ਰਾਜ ਕਿਹੜਾ ਸੀ ਵਕਟਕ ਰਾਜ ਵਕਟਕ ਰਾਜ ਕਿਹੜੇ ਖੇਤਰ ਵਿੱਚ ਸਥਾਪਿਤ ਸੀ ਬਰਾਹਰ ਅਤੇ ਮੱਧ ਪ੍ਰਦੇਸ਼ ਵਿੱਚ ਵਕਾਟਕ ਵੰਸ਼ ਦੀ ਨਹੀਂ ਕਿਸ ਨੇ ਰੱਖੀ ਤੀਸਰੀ ਸਦੀ ਵਿੱਚ ਪ੍ਰਵਰਸਨ ਪਹਿਲੇ ਨੇ ਵਕਾਟਕ ਕਾਲ ਵਿੱਚ ਕਿਹੜੇ ਧਰਮ ਨੇ ਕਾਫੀ ਉન્નਤੀ ਕੀਤੀ Hindu ਧਰਮ ਨੇ ਵਕਾਟਕ ਕਾਲ ਦੇ ਕਿਹੜੇ ਮੰਦਰ ਆਪਣੀ ਕਲਾ ਕਾਰਨ ਅੱਜ ਵੀ ਪ੍ਰਸੰਧ ਹਨ ਢੀਗੋਆ ਅਤੇ ਨਚਨਾ ਦੇ ਮੰਦਰ ਵਕਾਟਕ ਕਾਲ ਵਿੱਚ ਕਿਹੜੀਆਂ ਗੁਫਾਵਾਂ ਬਣਾਈਆਂ ਗਈਆਂ ਅਜੰਤਾ ਦੀਆਂ ਗੁਫਾਵਾਂ ਹੁਣ ਅੱਗੇ ਆ ਗਿਆ ਗੁਪਤ ਕਾਲ ਜਿਹਦੇ ਬਾਰੇ ਆਪਾਂ ਸਪੈਸ਼ਲੀ ਅੱਜ ਪੜ੍ਹਨਾ ਵਾ शीरी गुप्त वंश ਦਾ ਸੰਸਥਾਪਕ ਕੌਣ ਸੀ? श्रीगुप्त। श्रीगुप्त ਨੇ गुप्त वंश ਦੀ ਸਥਾਪਨਾ ਕਦੋਂ ਕੀਤੀ? 240 ਈਸਵੀ ਦੇ ਵਿੱਚ श्रीगुप्त ਨੇ गुप्त वंश ਦੀ ਸਥਾਪਨਾ ਕੀਤੀ ਸੀ। ਪਰ ਇਸ ਵੰਸ਼ ਦਾ ਜਿਹੜਾ ਅਸਲ ਮੁੱਢੀ ਆ ਚੰਦਰਗੁਪਤ ਪਹਿਲੇ ਨੂੰ ਮੰਨਿਆ ਜਾਂਦਾ ਵਾ। ਚੰਦਰਗੁਪਤ ਪਹਿਲਾ ਵਾ ਜਿਹੜਾ 320 ਈਸਵੀ ਦੇ ਵਿੱਚ ਮਗਧ ਦੀ ਗੱਦੀ ਤੇ ਬੈਠਿਆ ਸੀਗਾ ਉਸ ਤੋਂ ਬਾਅਦ ਜਿਹੜਾ ਸਮੁੰਦਰਗੁਪਤ ਆ ਗਿਆ ਫਿਰ ਚੰਦਰਗੁਪਤ ਦੂਜਾ ਗੁਪਤ ਸਾਮਰਾਜ ਦਾ ਜਿਹੜਾ ਸੀ ਮਹੱਤਵਪੂਰਨ ਸ਼ਾਸਕ ਬਣਿਆ ਸੀਗਾ। ਸ਼੍ਰੀ ਗੁਪਤ ਨੇ ਗੁਪਤ ਮੰਚ ਦੀ ਸਥਾਪਨਾ ਕਦੋਂ ਕੀਤੀ 240 ਈਸਵੀ ਵਿੱਚ ਚੰਦਰ ਗੁਪਤ ਪਹਿਲਾ ਕਦੋਂ ਰਾਜਗਦੀ ਤੇ ਬੈਠਾ ਚੰਦਰ ਗੁਪਤ ਪਹਿਲਾ ਜਿਹੜਾ ਸੀਗਾ 320 ਈਸਵੀ ਦੇ ਵਿੱਚ ਰਾਜਗਦੀ ਤੇ ਬੈਠਾ ਸੀ ਤੇ 335 ਈਸਵੀ ਤੱਕ ਉਹਨੇ ਸ਼ਾਸਨ ਕੀਤਾ ਸੀਗਾ ਚੰਦਰ ਗੁਪਤ ਨੇ ਕਿਹੜੀ ਉਪਾਦੀ ਧਾਰਨ ਕੀਤੀ ਮਹਾਰਾਜਾ ਤੇ ਰਾਜ ਦੀ ਉਪਾਦੀ ਚੰਦਰ ਗੁਪਤ ਨੇ ਧਾਰਨ ਕੀਤੀ ਸੀ ਚੰਦਰ ਗੁਪਤ ਨੇ ਕਿਹੜਾ ਸੰਮਤ ਚਲਾਇਆ ਗੁਪਤ ਸੰਮਤ ਚੰਦਰਗੁਪਤ ਦਾ ਵਿਆਹ ਕਿਸ ਨਾਲ ਹੋਇਆ? ਲਿਛਵੀ ਵੰਸ਼ ਦੀ ਰਾਜਕੁਮਾਰੀ ਕੁਮਾਰਦੇਵੀ ਨਾਲ। ਚੰਦਰਗੁਪਤ ਨੇ ਮਗਧ ਤੋਂ ਇਲਾਵਾ ਕਿਹੜੇ ਇਲਾਕਿਆਂ ਨੂੰ ਆਪਣੇ ਅਧੀਨ ਕੀਤਾ? ਦੇਖੋ ਚੰਦਰਗੁਪਤ ਪਹਿਲਾਂ ਜਿਹੜਾ ਸੀਗਾ ਉਹਨੇ ਮਗਧ ਤੋਂ ਬਿਨਾਂ ਬੰਗਾਲ ਹੋ ਗਿਆ, ਬਿਹਾਰ ਹੋ ਗਿਆ, ਅਬਦ ਤੇ ਇਲਾਹਾਬਾਦ ਹੋ ਗਏ। ਇਹ ਜਿਹੜੇ ਇਲਾਕੇ ਸੀ ਇਹਨਾਂ ਨੂੰ ਆਪਣੇ ਅਧੀਨ ਕਰ ਲਿਆ ਸੀਗਾ। ਚੰਦਰਗੁਪਤ ਦਾ ਉੱਤਰਾਧਿਕਾਰੀ ਕੌਣ ਬਣਿਆ? ਸਮੁੰਦਰਗੁਪਤ। ਸਮੁੰਦਰ ਗੁਪਤ ਨੇ ਕਦੋਂ ਤੋਂ ਕਦੋਂ ਤੱਕ ਰਾਜ ਕੀਤਾ ਸਮੁੰਦਰ ਗੁਪਤ ਜਿਹੜਾ ਸੀਗਾ ਉਹਨੇ 335 ਈਸਵੀ ਤੋਂ ਲੈ ਕੇ 375 ਈਸਵੀ ਤੱਕ ਰਾਜ ਕੀਤਾ ਇਹਦੇ ਸ਼ਾਸਨ ਕਾਲ ਦੇ ਦੌਰਾਨ ਕਹਿੰਦੇ ਕੀ ਸੀ ਕਿ ਗੁਪਤ ਰਾਜ ਨੂੰ ਇੱਕ ਸਾਮਰਾਜ ਵਿੱਚ ਤਬਦੀਲ ਕਰ ਲਿਆ ਸੀਗਾ ਇਹਨੇ ਕਿਉਂਕਿ ਇਹਨੇ ਕਾਫੀ ਵਿਸਤਾਰ ਕਰ ਲਿਆ ਸੀ ਉਹਦਾ ਇਹਨੂੰ ਇੱਕ ਮਹਾਨ ਜੇਤੂ ਵੀ ਕਿਹਾ ਜਾਂਦਾ ਵਾ ਕਿਉਂਕਿ ਜਿਹੜੇ ਪਾਸੇ ਵੀ ਜਾਂਦਾ ਸੀ ਇਹਨੂੰ ਉਸ ਪਾਸੇ ਹੀ ਸਫਲਤਾ ਮਿਲਦੀ ਸੀਗੀ ਇਹਦੀਆਂ ਜਿੱਤਾਂ ਨੇ ਜਿਹੜੀਆਂ ਉਹਨਾਂ ਦਾ ਵਰਣਨ ਹਰੀਸ਼ੇਨ ਨੇ ਕੀਤਾ ਵਾ ਜਿਹੜਾ ਇਹਦਾ ਦਰਬਾਰੀ ਕਵੀ ਸੀਗਾ ਇਲਾਹਾਬਾਦ ਦੇ ਸਤੰਭ ਲੇਖ ਦੇ ਵਿੱਚ ਕੀਤਾ ਵਾ ਜਿੱਦੇ ਤੋਂ ਮਹੱਤਵਪੂਰਨ ਜਾਣਕਾਰੀ ਮਿਲਦੀ ਹੈ ਸਮੁੰਦਰ ਗੁਪਤ ਦੀਆਂ ਜਿੱਤਾਂ ਦੇ ਬਾਰੇ ਇਲਾਹਾਬਾਦ ਸਤੰਭ ਵਿਲੇਖ ਦਾ ਲੇਖਕ ਕੌਣ ਸੀ ਹਰੀ ਸੇਨ ਇਲਾਹਾਬਾਦ ਸਤੰਭ ਵਿਲੇਖ ਤੋਂ ਕਿਸ ਦੀ ਜਾਣਕਾਰੀ ਮਿਲਦੀ ਹੈ ਸਮੁੰਦਰ ਗੁਪਤ ਦੀਆਂ ਜਿੱਤਾਂ ਦੀ ਹਰੀ ਸੇਨ ਕਿਸ ਦਾ ਰਾਜਕਵੀ ਸੀ ਸਮੁੰਦਰ ਗੁਪਤ ਦਾ ਭਾਰਤ ਦਾ ਨ ਪੋਲੀਨ ਕਿਸ ਨੂੰ ਕਿਹਾ ਜਾਂਦਾ ਹੈ ਸਮੁੰਦਰ ਗੁਪਤ ਨੂੰ ਹੈ ਸਮੁੰਦਰ ਗੋਪਤ ਨੇ ਆਰੀਆ ਵਰਤ ਦੇ ਕਿਹੜੇ ਰਾਜਿਆਂ ਨੂੰ ਹਰਾਇਆ ਦੇਖੋ ਆਰੀਆ ਵਰਤ ਜਾਨੀ ਕਿ ਉੱਤਰੀ ਭਾਰਤ ਉੱਤਰੀ ਭਾਰਤ ਜਿਹੜਾ ਉਹਨੂੰ ਹੀ ਆਰੀਆ ਵਰਤ ਕਿਹਾ ਜਾਂਦਾ ਸੀਗਾ ਸਮੁੰਦਰ ਗੋਪਤ ਜਿਹੜਾ ਸੀਗਾ ਉਹਨੇ ਆਰੀਆ ਵਰਤ ਦੇ ਕਿਹੜੇ ਰਾਜਿਆਂ ਨੂੰ ਹਰਾਇਆ ਸੀਗਾ ਤਿੰਨ ਰਾਜਿਆਂ ਨੂੰ ਅਚਯੂਤ नागसेन ਅਤੇ ਕੋਟਵੰਛ ਦੇ ਤਿੰਨਾਂ ਸ਼ਾਸਕਾਂ ਨੂੰ ਜਿਹੜਾ ਸੀ ਉਹਨੇ ਹਰਾਇਆ ਸੀਗਾ ਇਹਦੀ ਜਾਣਕਾਰੀ ਸਾਨੂੰ ਮਿਲਦੀ ਆ ਇਲਾਹਾਬਾਦ ਦੇ ਸਤੰਭ ਲੇਖ ਦੀ ਜਿਹੜੀ 13ਵੀਂ ਸਤਰਵਾ ਉਹਦੇ ਤੋਂ ਇਹਦੀ ਜਾਣਕਾਰੀ ਮਿਲਦੀ ਆ ਸੁੰਦਰਗੋਪਤ ਦੁਆਰਾ ਤਿੰਨਾਂ ਰਾਜਿਆਂ ਨੂੰ ਹਰਾਉਣ ਦਾ ਵਰਣਨ ਕਿੱਥੇ ਮਿਲਦਾ ਹੈ? ਇਲਾਹਾਬਾਦ ਸਤੰਭ ਲੇਖ ਦੀ 13ਵੀਂ ਸਤਰ ਵਿੱਚ। ਸੁੰਦਰਗੋਪਤ ਨੇ ਨੌ ਰਾਜਿਆਂ ਨੂੰ ਕਿਹੜੇ ਥਾਂ ਤੇ ਹਰਾਇਆ? ਕੋਸਾਂਬੀ ਵਿਖੇ। ਸੁੰਦਰਗੋਪਤ ਨੇ ਸਭ ਤੋਂ ਪਹਿਲਾਂ ਕਿਹੜੇ ਦੱਖਣੀ ਰਾਜੇ ਨੂੰ ਹਰਾਇਆ? ਕੌਸ਼ਲ ਦੇ ਰਾਜੇ ਮਹਿੰਦਰ ਨੂੰ। ਮਹਿੰਦਰ ਤੋਂ ਬਾਅਦ ਸੁੰਦਰਗੋਪਤ ਨੇ ਕਿਸ ਨੂੰ ਹਰਾਇਆ? ਮਹਾਕਾਂਤ ਨੂੰ। ਸਮੁੰਦਰ ਗੋਪਤ ਨੇ ਕਾਂਚੀ ਦੇ ਕਿਹੜੇ ਰਾਜੇ ਨੂੰ ਹਰਾਇਆ ਵਿਸ਼ਨੂ ਗੋਪਨੂ ਤੇ ਉਹਦੇ ਅਧੀਨ ਜਿਹੜੇ 10 ਰਾਜੇ ਸੀ ਉਹਨਾਂ ਦਾ ਇੱਕ ਗੁੱਟ ਸੀ ਇਹਨਾਂ ਨੂੰ ਵੀ ਹਰਾ ਕੇ ਉਹਨੇ ਆਪਣੀ ਬਹਾਦਰੀ ਦੀ ਜਿਹੜੀ ਆ ਮਿਸਾਲ ਪੇਸ਼ ਕੀਤੀ ਸੀਗੀ ਸਮੁੰਦਰ ਗੋਪਤ ਨੇ ਦੱਖਣ ਦੇ ਕਿੰਨੇ ਸ਼ਾਸਕਾਂ ਨੂੰ ਹਰਾਇਆ 12 ਸ਼ਾਸਕਾਂ ਨੂੰ ਤੇ ਦੱਖਣੀ ਰਾਜਾਂ ਨੂੰ ਉਹਨੇ ਕੀ ਸੀ ਆਪਣੇ ਸਾਮਰਾਜ ਵਿੱਚ ਸ਼ਾਮਿਲ ਨਹੀਂ ਕੀਤਾ ਸੀਗਾ ਆਪਣੀ ਸਿਆਣਪ ਦਾ ਸਬੂਤ ਉਹਨੇ ਦਿੱਤਾ ਕਿਵੇਂ ਦਿੱਤਾ ਕਿ ਜਿਹੜੇ ਉਹਨੇ ਦੱਖਣ ਦੇ ਰਾਜ ਜਿੱਤੇ ਸੀਗੇ ਉਹ ਉਹਨਾਂ ਰਾਜਿਆਂ ਨੂੰ ਵਾਪਸ ਕਰਤੇ ਸੀਗੇ ਇਹ ਦੇ ਪਿੱਛੇ ਵੀ ਇੱਕ ਕਾਰਨ ਸੀ ਕਿ ਕਰਨੇਸੀ ਕੇ ਆਵਾਜਾਈ ਦੇ ਸਾਧਨਾਂ ਦੇ ਘਾਰ ਸੀਗੀ ਇਹਨਾਂ ਰਾਜਾਂ ਉੱਤੇ ਜਿਹੜਾ ਕੰਟਰੋਲ ਕਰਨਾ ਉਹ ਵੀ ਔਖਾ ਸੀ ਤਾਂ ਕਰਕੇ ਸਮੁੰਦਰ ਗੁਪਤ ਜਿਹੜਾ ਸੀਗਾ ਉਹਨੇ ਰਾਜ ਉਹਨਾਂ ਰਾਜਾਂ ਨੂੰ ਵਾਪਸ ਕਰਤੇ ਸੀਗੇ ਸਮੁੰਦਰ ਗੁਪਤ ਨੇ ਕਿਹਣਾ ਯੱਗ ਕੀਤਾ ਅਸ਼ਮੇਰ ਯੱਗ ਜਿਹੜਾ ਸਮੁੰਦਰ ਗੁਪਤ ਸੀਗਾ ਉਹਨੇ ਚੱਕਰਵਰਤੀ ਸਮਰਾਟ ਬਣਨ ਦੇ ਉਦੇਸ਼ ਨਾਲ ਇੱਕ ਅਸ਼ਮੇਰ ਯੱਗ ਕੀਤਾ ਸੀਗਾ ਰੱਗ ਦੇ ਘੋੜੇ ਨੂੰ ਉਹਨੇ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਭੇਜਿਆ ਠੀਕ ਆ ਤੇ ਨਾਲ ਹੀ ਇਹ ਐਲਾਨ ਕੀਤਾ ਗਿਆ ਕਿ ਜੇ ਕਿਸੇ ਵਿੱਚ ਹਿੰਮਤ ਹੈ ਤਾਂ ਉਹ ਘੋੜੇ ਨੂੰ ਫੜ ਕੇ ਦਿਖਾਵੇ ਪਰ ਕਿਸੇ ਨੇ ਵੀ ਘੋੜੇ ਨੂੰ ਫੜਨ ਦੀ ਹਿੰਮਤ ਨਾ ਕੀਤੀ ਤਾਂ ਕਰਕੇ ਜਿਹੜਾ ਸਮੁੰਦਰ ਗੋਪਤ ਸੀਗਾ ਜਿਹੜੇ-ਜਿਹੜੇ ਇਲਾਕੇ ਵਿੱਚ ਉਹਦਾ ਘੋੜਾ ਲੰਘਿਆ ਸੀ ਉੱਥੇ-ਉੱਥੇ ਉਹਦਾ ਰਾਜ ਸਥਾਪਿਤ ਹੋ ਗਿਆ ਸੀ ਤੇ ਇਸ ਦੇ ਨਾਲ ਹੀ ਉਹਨੇ ਜਿਹੜੀ ਸੀ ਮਹਾਰਾਜਾ ਤੇ ਰਾਜ ਦੀ ਪਦਵੀ ਜਾਂ ਉਹ ਪਦਵੀ ਧਾਰਨ ਕਰ ਲਈ ਸੀਗੀ ਸਮੁੰਦਰ ਗੋਪਤ ਨੇ ਕਿਹੜੀ ਪਦਵੀ ਧਾਰਨ ਕੀਤੀ ਮਹਾਰਾਜਾ ਤੇ ਰਾਜ ਦੀ ਸਮੁੰਦਰਗੋਪਤ ਨੂੰ ਇਤਿਹਾਸਕਾਰਾਂ ਨੇ ਕਿਹੜੀ ਪਾਤੀ ਦਿੱਤੀ ਨੈਪੋਲੀਅਨ ਦੀ ਪਰ ਇਤਿਹਾਸਕਾਰਾਂ ਨੇ ਜਿਹੜੇ ਉਹਨੂੰ ਭਾਰਤ ਦਾ ਨੈਪੋਲੀਅਨ ਦੇ ਨਾਮ ਨਾਲ ਸੱਦਦੇ ਨੇ ਸਮੁੰਦਰਗੋਪਤ ਨੂੰ ਪਹਿਲੀ ਵਾਰ ਭਾਰਤ ਦਾ ਨੈਪੋਲੀਅਨ ਕਿਸ ਨੇ ਕਿਹਾ ਬੀਏ ਸਮਿਥ ਨੇ ਸਮੁੰਦਰਗੋਪਤ ਦਾ ਉੱਤਰਾਧਿਕਾਰੀ ਕੌਣ ਬਣਿਆ ਚੰਦਰਗੁਪਤ ਦੂਜਾ ਵਾ ਜਿਹੜਾ ਉਹ ਸਮੁੰਦਰਗੋਪਤ ਦਾ ਉੱਤਰਾਧਿਕਾਰੀ ਬਣਿਆ ਵਿਸ਼ਾਕਧਤ ਦੇ ਨਾਟਕ ਦੇ ਵੀ ਚੰਦਰ ਗੁਪਤ ਦੇ ਅਨੁਸਾਰ ਕਹਿੰਦੇ ਕੀ ਸਮੁੰਦਰ ਗੁਪਤ ਦਾ ਉੱਤਰਾਧਿਕਾਰੀ ਕੌਣ ਬਣਿਆ ਸੀਗਾ ਜੇ ਵਿਸ਼ਾਕਧਤ ਦੇ ਨਾਟਕ ਦੇ ਅਕੋਰਡਿੰਗ ਦੇਖਿਆ ਜਾਵੇ ਤਾਂ ਜਿਹੜਾ ਚੰਦਰ ਗੁਪਤ ਤੋਂ ਪਹਿਲਾਂ ਜਿਹੜਾ ਸੀ ਉੱਤਰਾਧਿਕਾਰੀ ਬਣਿਆ ਸੀ ਉਹ ਆਰਾਮ ਗੁਪਤ ਬਣਿਆ ਸੀਗਾ ਪਰ ਉਹ ਇੱਕ ਕਾਇਰ ਸ਼ਾਸਕ ਸੀਗਾ ਠੀਕ ਆ ਕਾਇਰ ਸ਼ਾਸਕ ਕਿਵੇਂ ਸੀਗਾ ਕੀ ਉਹਦੇ ਸ਼ਾਸਨ ਕਾਲ ਜਿਹੜਾ ਸੀਗਾ 375 ਤੋਂ ਲੈ ਕੇ 380 ਈਸਵੀ ਦੇ ਦੌਰਾਨ ਸੱਕਾਂ ਦਾ ਸ਼ਾਸਕ ਜਿਹੜਾ ਰੁਦਰ ਸਿੰਘ ਤੀਜਾ ਸੀਗਾ ਉਹਨੇ ਉਹਦੇ ਰਾਜ ਤੇ ਹਮਲਾ ਕਰਤਾ ਸੀਗਾ ਰਾਮ ਗੋਪਤ ਜਿਹੜਾ ਸੀਗਾ ਸੱਕਾਂ ਦਾ ਮੁਕਾਬਲਾ ਨਹੀਂ ਕਰ ਸਕਿਆ ਸੀ ਤੇ ਉਹ ਹੀ ਲੜਾਈ ਵਿੱਚ ਹਾਰ ਗਿਆ ਸੀ ਸੱਕਾਂ ਨਾਲ ਫਿਰ ਜਦੋਂ ਉਹਦਾ ਸਮਝਾਤਾ ਹੋਇਆ ਤਾਂ ਰਾਮ ਗੋਪਤ ਨੇ ਕੀ ਕੀਤਾ ਕਿ ਆਪਣੀ ਜਿਹੜੀ ਪਤਨੀ ਸੀ ਉਹਦੀ ਪਤਨੀ ਦਾ ਨਾਮ ਸੀਗਾ ਬ ਦੇਵੀ ਠੀਕ ਆ ਉਹਨੇ ਕੀ ਕੀਤਾ ਕਿ ਬ ਦੇਵੀ ਨੂੰ ਜਿਹੜਾ ਵਾ ਸੱਕਾਂ ਦੇ ਦਰਬਾਰ ਵਿੱਚ ਭੇਜਣਾ ਮੰਨ ਲਿਆ ਸੀਗਾ ਪਰ ਜਿਹੜਾ ਚੰਦਰ ਗੋਪਤ ਦੂਜਾ ਸੀਗਾ ਉਹ ਰਾਮ ਗੋਪਤ ਦਾ ਛੋਟਾ ਭਰਾ ਸੀਗਾ ਉਹ ਐਸਾ અપਮਾਨ ਨੂੰ ਸਹਾਰ ਨਹੀਂ ਸਕਦਾ ਸੀ ਤਾਂ ਉਹ ਬ ਦੇਵੀ ਦਾ ਬਦਲ ਕੇ ਆਪ ਸੱਕਾਂ ਦੇ ਦਰਬਾਰ ਵਿੱਚ ਚਲਿਆ ਗਿਆ ਸੀ ਉੱਥੇ ਜਾ ਕੇ ਉਹਨੇ ਸੱਕ ਜਿਹੜਾ ਸ਼ਾਸਕ ਸੀ ਉਹਨੂੰ ਕਤਲ ਕਰਤਾ ਇਸ ਤੋਂ ਬਾਅਦ ਜਦੋਂ ਚੰਦਰਗੋਪਤ ਵਾਪਸ ਆਇਆ ਤਾਂ ਉਹਨੇ ਸੋਚਿਆ ਕਿ ਮੇਰਾ ਭਰਾ ਜਿਹੜਾ ਉਹ ਕਿੰਨਾ ਕਾਇਰ ਆ ਤਾਂ ਉਹਨੇ ਆਪਣੇ ਭਰਾ ਨੂੰ ਵੀ ਕਤਲ ਕਰਤਾ ਤ੍ਰੁਬਦੇਵੀ ਦੇ ਨਾਲ ਉਹਨੇ ਵਿਆਹ ਕਰਵਾ ਲਿਆ ਤੇ ਜਿਹੜੀ ਰਾਜਗਦੀ ਸੀ ਉਹ ਵੀ ਪ੍ਰਾਪਤ ਕਰ ਲਈ ਸੀਗੀ ਤੇ ਬਾਅਦੋਂ ਉਹਨੇ 414 ਈਸਵੀ ਤੱਕ ਜਿਹੜਾ ਸ਼ਾਸਨ ਕੀਤਾ ਸੀਗਾ ਰਾਮ ਗੁਪਤ ਦੇ ਸ਼ਾਸਨ ਕਾਲ ਵਿੱਚ ਕਿਸ ਨੇ ਹਮਲਾ ਕੀਤਾ 375 ਤੋਂ 380 ਈਸਵੀ ਦੌਰਾਨ ਸਕਾਂ ਦੇ ਸ਼ਾਸਕ ਰੁਦਰ ਸਿੰਘ ਤੀਜੇ ਨੇ ਸਕਾਂ ਤੋਂ ਹਾਰਨ ਤੋਂ ਬਾਅਦ ਆਰਮਗੁਪਤ ਨੇ ਕਿਸ ਨੂੰ ਸਕਾਂ ਦੇ ਦਰਬਾਰ ਵਿੱਚ ਭੇਜਣਾ ਮੰਨ ਲਿਆ ਆਪਣੀ ਪਤਨੀ ਤ੍ਰੂਪਦੇਵੀ ਨੂੰ ਤ੍ਰੂਪਦੇਵੀ ਦੀ ਥਾਂ ਸਕਾਂ ਦੇ ਦਰਬਾਰ ਵਿੱਚ ਕੌਣ ਗਿਆ ਚੰਦਰਗੋਪਤ ਦੂਜਾ ਉਸ ਦਾ ਭੇਸ ਧਾਰ ਕੇ ਆਰਮਗੁਪਤ ਦਾ ਕਤਲ ਕਰਕੇ ਕਿਸ ਨੇ ਤ੍ਰੂਪਦੇਵੀ ਨਾਲ ਵਿਆਹ ਕਰਵਾਇਆ ਚੰਦਰਗੋਪਤ ਦੂਜੇ ਨੇ ਚੰਦਰਗੋਪਤ ਦੂਜਾ ਰਾਜਗਦੀ ਤੇ ਕਦੋਂ ਬੈਠਾ 380 ਈਸਵੀ ਵਿੱਚ ਚੰਦਰਗੋਪਤ ਦੂਜੇ ਨੇ ਕਦੋਂ ਤੱਕ ਸ਼ਾਸਨ ਕੀਤਾ 414 ਈਸਵੀ ਤੱਕ ਚੰਦਰਗੋਪਤ ਦੂਜੇ ਦੀ ਰਾਣੀ ਦਾ ਨਾਂ ਕੀ ਸੀ ਕੁਬੇਰਨਾਗ ਕੁਬੇਰਨਾਗ ਕਿਸ ਵੰਸ਼ ਦੀ ਰਾਜਕੁਮਾਰੀ ਸੀ नाग ਵੰਸ਼ ਦੀ ਚੰਦਰਗੋਪਤ ਦੂਜੇ ਨੇ ਆਪਣੀ ਲੜਕੀ ਪ੍ਰਭਾਵਤੀ ਅਤੇ ਲੜਕੇ ਦਾ ਵਿਆਹ ਕਿਸ ਨਾਲ ਕੀਤਾ ਲੜਕੀ ਦਾ ਵਿਆਹ ਵਿਕਟਕ ਸ਼ਾਸਕ ਰੁਦਰਸੈਨ ਦੂਜੇ ਨਾਲ ਅਤੇ ਲੜਕੇ ਦਾ ਵਿਆਹ ਕੁੰਟਲ ਰਾਜੇ ਦੀ ਪੁੱਤਰੀ ਦੇ ਨਾਲ ਅਸਲ ਵਿੱਚ ਉਹਨੇ ਕੀ ਸੀ ਕਿ ਵਿਵਹਾਈਕ ਸਬੰਧਾਂ ਦੇ ਨਾਲ ਹੀ ਆਪਣੇ ਸਾਮਰਾਜ ਦੀ ਜਿਹੜੀ ਸਥਿਤੀ ਸੀ ਉਹਨੂੰ ਮਜ਼ਬੂਤ ਕਰਨਾ ਸ਼ੁਰੂ ਕਰਤਾ ਸੀਗਾ ਉਹਨੇ ਕੀ ਕੀਤਾ ਕਿ ਜਿਹੜੀ 나ਗਵੰਛ ਦੀ ਰਾਜਕੁਮਾਰੀ ਸੀ ਕਵੇਰਨਾਗ ਉਹਦੇ ਨਾਲ ਤਾਂ ਆਪ ਵਿਆਹ ਕਰ ਲਿਆ ਸੀ ਇਹ ਤੋਂ ਬਾਅਦ ਉਹਦੀ ਜਿਹੜੀ ਆਪਣੀ ਪੁੱਤਰੀ ਸੀਗੀ ਉਹਦਾ ਵਿਆਹ ਪ੍ਰਭਾਵਤੀ ਜਿਹੜੀ ਸੀ ਉਹਦਾ ਵਿਆਹ ਨੇ ਵਿਕਟਕ ਸ਼ਾਸਕ ਰੁਦਰਸੈਨ ਦੂਜੇ ਨਾਲ ਕਰਤਾ ਤੇ ਆਪਣਾ ਜਿਹੜਾ ਲੜਕਾ ਸੀ ਉਹਦਾ ਵਿਆਹ ਉਹਨੇ ਕੰਟਲ ਰਾਦੇ ਦੀ ਪੁੱਤਰੀ ਦੇ ਨਾਲ ਕੀਤਾ ਚੰਦਰਗੋਪਤ ਦੂਜੇ ਨੇ ਸੱਕਾਂ ਤੇ ਕਦੋਂ ਹਮਲਾ ਕੀਤਾ 338 ਇਸਵੀ ਵਿੱਚ ਇਸਵੀ ਵਿੱਚ ਸੱਕਾਂ ਦਾ ਸ਼ਾਸਕ ਰੋਦਨ ਸੰਗ ਤੀਜਾ ਜਿਹੜਾ ਸੀ ਉਹ ਮਾਰਿਆ ਗਿਆ ਸੀਗਾ ਉਦੋਂ ਦੇਖੋ ਜਿਹੜੇ ਜਿਵੇਂ ਮਾਲਵਾ ਹੋ ਗਿਆ ਗੁਜਰਾਤ ਹੋ ਗਿਆ ਕਾਠਿਆਵੜ ਹੋ ਗਿਆ ਇਹਦੇ ਵਿੱਚ ਸੱਕਾਂ ਦਾ ਸ਼ਾਸਨ ਸੀਗਾ ਤੇ ਗੁਪਤ ਸਾਮਰਾਜ ਲਈ ਕਿਸੇ ਵੀ ਸਮੇਂ ਇਹ ਖਤਰਾ ਬਣ ਸਕਦੇ ਸੀਗੇ ਗੁਪਤ ਸਾਮਰਾਜ ਦੀ ਸੁਰੱਖਿਆ ਲਈ ਜ਼ਰੂਰੀ ਸੀ ਕਿ ਇਹਨਾਂ ਦੇ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇ ਤਾਂ ਚੰਦਰਗੋਪਤ ਦੂਜੇ ਨੇ ਕੀ ਕੀਤਾ ਵਿਸ਼ਾਲ ਸੈਨਾ ਦੇ ਨਾਲ 388 ਈਸਵੀ ਦੇ ਵਿੱਚ ਸੱਕਾਂ ਤੇ ਹਮਲਾ ਕਰਤਾ ਸੀਗਾ ਇਹ ਯੁੱਧ ਜਿਹੜਾ ਸੀ ਕਾਫੀ ਭਿਆਨਕ ਰਿਹਾ ਤੇ ਕਾਫੀ ਲੰਬੇ ਸਮੇਂ ਤੱਕ ਚੱਲਦਾ ਰਿਹਾ ਇਹ ਜੰਗ ਦੇ ਅੰਤ ਵਿੱਚ ਕੀ ਹੋਇਆ ਕਿ ਜਿਹੜੇ ਸੱਕ ਸੀਗੇ ਉਹਨਾਂ ਦੀ ਹਾਰ ਹੋ ਗਈ ਉਹਨਾਂ ਦਾ ਜਿਹੜਾ ਪ੍ਰਸਿੱਧ ਸ਼ਾਸਕ ਸੀਗਾ ਰੁਦਰ ਸਿੰਘ ਤੀਜਾ ਉਹ ਮਾਰਿਆ ਗਿਆ ਸੀਗਾ ਠੀਕ ਆ ਤੇ ਚੰਦਰਗੋਪਤ ਦੂਜੇ ਨੂੰ ਜਿਹੜੀ ਸੀ ਇਹਦੇ ਵਿੱਚ ਮਹਾਨ ਸਫਲਤਾ ਹਾਸਲ ਹੋ ਗਈ ਸੀ ਇਹਨੂੰ ਜੱਤ ਮਿਲ ਗਈ ਸੀ ਕਿਹੜੇ ਕਿਹੜੇ ਇਲਾਕੇ ਤੇ ਮਾਲਵਾ ਗੁਜਰਾਤ ਤੇ ਕਾਠੀਆਵਾਰ ਤੇ ਉਹਦਾ ਜਿਹੜਾ ਸੀ ਕਬਜ਼ਾ ਹੋ ਗਿਆ ਸੀ ਹਮਲੇ ਦੇ ਦੌਰਾਨ ਤੇ ਇਹਦੇ ਨਾਲ ਹੀ ਕੀ ਸੀਗਾ ਵੀ ਪੱਛਮੀ ਭਾਰਤ ਵਿੱਚ ਵੀ ਕਈ ਸਦੀਆਂ ਤੋਂ ਚੱਲੇ ਆ ਰਿਹਾ ਵਿਦੇਸ਼ੀ ਸ਼ਾਸਨ ਜਿਹੜਾ ਸੀਗਾ ਸੱਕਾ ਦਾ ਉਹ ਵੀ ਖਤਮ ਹੋ ਗਿਆ ਸੀ ਤੇ ਚੰਦਰਗੋਪਤ ਦੀ ਜਿਹੜੀ ਪ੍ਰਸਿੱਧੀ ਉਹ ਵੀ ਦੂਰ ਦੂਰ ਤੱਕ ਫੈਲ ਗਈ ਸੀ ਇਸ ਜੱਤ ਤੋਂ ਉਹਨੂੰ ਕੀ ਸੀਗਾ ਵੀ ਤਿੰਨ ਜਿਹੜੀਆਂ ਬੰਦਰਗਾਹਾਂ ਸੀਗੀਆਂ ਫੇਮਸ ਬੰਦਰਗਾਹਾਂ ਸੀ ਪੜੌ ਚ ਸੁਪਾਰਾ ਤੇ ਕੈਂਬੇ ਉਹ ਵੀ ਚੰਦਰਗੋਪਤ ਨੂੰ ਦੂਜਿਆਂ ਨੂੰ ਮਿਲਗੀਆਂ ਸੀ ਕਿਹੜੀਆਂ ਕਿਹੜੀਆਂ ਪੜੌ ਚ ਸੁਪਾਰਾ ਤੇ ਕੈਂਬੇ ਅੱਗੇ ਕੰਟੀਨਿਊ ਕਰਦੇ ਹਾਂ ਚੰਦਰਗੋਪਤ ਦੂਜੇ ਨੇ ਸੱਕਾਂ ਦੇ ਕਿਹੜੇ ਇਲਾਕਿਆਂ ਤੇ ਅਧਿਕਾਰ ਕਰ ਲਿਆ ਮਾਲਵਾ ਗੁਜਰਾਤ ਅਤੇ ਕਾਠਿਆਵਾੜ ਤੇ ਕਿਹੜੀਆਂ ਬੰਦਰਗਾਹਾਂ ਚੰਦਰਗੋਪਤ ਦੂਜੇ ਦੇ ਅਧੀਨ ਹੋ ਗਈਆਂ ਪੜੌਚ ਸਪਾਰਾ ਤੇ ਕੈਂਬੇ ਸੱਕਾਂ ਨੂੰ ਹਰਾਉਣ ਤੋਂ ਬਾਅਦ ਚੰਦਰਗੋਪਤ ਦੂਜੇ ਨੇ ਕਿਹੜੀ ਪਾਦੀ ਧਾਰਨ ਕੀਤੀ ਵਿਕਰਮਾਦਿੱਤਿਆ ਦੀ ਉਪਾਧੀ ਜਿਹੜੀ ਸੀ ਉਹਨੇ ਧਾਰਨ ਕਰ ਲਈ ਵਿਕਰਮਾਦਿੱਤਿਆ ਦਾ ਕੀ ਅਰਥ ਹੈ ਸੂਰਮਗਤੀ ਦਾ ਸੂਰਜ ਚੰਦਰਗਪਤ ਦੂਜੇ ਦੀ ਸਭ ਤੋਂ ਮਹੱਤਵਪੂਰਨ ਸਫਲਤਾ ਕੀ ਸੀ ਸੱਕਾ ਨੂੰ ਹਰਉਣਾ ਚੰਦਰਗਪਤ ਦੂਜੇ ਨੇ ਕਿਸ ਨੂੰ ਗੁਪਤ ਸਾਮਰਾਜ ਦੀ ਰਾਜਧਾਨੀ ਘੋਸ਼ਿਤ ਕੀਤਾ ਉਜੈਨ ਨੂੰ ਚੰਦਰਗਪਤ ਦੂਜੇ ਦਾ ਉੱਤਰਾਧਿਕਾਰੀ ਕੌਣ ਬਣਿਆ ਕੁਮਾਰ ਗੁਪਤ ਕੁਮਾਰ ਗੁਪਤ ਦਾ ਸ਼ਾਸਨ ਕਾਲ ਦੱਸੋ 414 ਤੋਂ ਲੈ ਕੇ 455 ਇਸਵੀ ਤੱਕ ਕੁਮਾਰ ਗੁਪਤ ਦਾ ਉੱਤਰਾਧਿਕਾਰੀ ਕੌਣ ਬਣਿਆ ਸਕੰਦ ਗੁਪਤ ਸਕੰਦ ਗੁਪਤ ਦਾ ਸ਼ਾਸਨ ਕਾਲ ਦੱਸੋ 455 ਤੋਂ ਲੈ ਕੇ 467 ਇਸਵੀ ਤੱਕ ਗੁਪਤ ਕਾਲ ਵਿੱਚ ਕਿਹੜਾ ਚੀਨੀ ਯਾਤਰੀ ਭਾਰਤ ਆਇਆ ਫਾਹਿਆਂ ਫਾਹਿਆਂ ਕਿਸ ਦੇ ਸ਼ਾਸਨ ਕਾਲ ਵਿੱਚ ਭਾਰਤ ਆਇਆ ਚੰਦਰਗੋਪਤ ਦੂਜੇ ਦੇ ਫਾਹਿਆਂ ਨੇ ਕਿਹੜੀ ਪੁਸਤਕ ਦੀ ਰਚਨਾ ਕੀਤੀ ਫੋ ਕੋ ਕੀ ਹੂਣ ਕੌਣ ਸਨ ਮਾਧੇਸ਼ੀਆ ਦਾ ਇੱਕ ਕਬੀਲਾ ਕਿਹੜੇ ਗੁਪਤ ਸ਼ਾਸਕ ਨੇ ਸੁਦਰਸ਼ਨ ਝੀਲ ਦੀ ਮੁਰੰਮਤ ਕਰਵਾਈ ਚੰਦਰਗੋਪਤ ਦੂਜੇ ਨੇ ਗੁਪਤ ਸਾਮਰਾਜ ਦੇ ਪਤਨ ਦਾ ਕੋਈ ਇੱਕ ਕਾਰਨ ਦੱਸੋ ਹੂਣਾ ਦੇ ਹਮਲੇ ਕਿਹੜੇ ਹੂਣ ਸ਼ਾਸਕਾਂ ਨੇ ਬਾਰ-ਬਾਰ ਗੁਪਤ ਸਾਮਰਾਜ ਤੇ ਹਮਲੇ ਕੀਤੇ ਕੁੜੀਏ ਹਰੀ ਬੋਲ ਲਾ ਉਹ ਮੈਂ ਬੇਤਰ ਤੋਰ ਮਾਨਤੇ ਮਹਿਰਗੁਲ ਦੇਖੋ ਜੇ ਗੁਪਤ ਸਾਮਰਾਜ ਦੇ ਪਤਨ ਦੀ ਗੱਲ ਕਰੀਏ ਤਾਂ ਸਿਰਫ ਹੂਣਾ ਦੇ ਹਮਲੇ ਜਿਹੜੇ ਉਹੀ ਪਤਨ ਦਾ ਕਾਰਨ ਨਹੀਂ ਸੀ ਇਹਨਾਂ ਦੇ ਕਮਜ਼ੋਰ ਉਤਰਾਧਿਕਾਰੀ ਸੀਗੇ ਕਿ ਗੁਪਤ ਸਾਮਰਾਜ ਦੇ ਜਿਹੜੇ ਫੇਮਸ ਰਾਜੇ ਕੌਣ ਸੀ ਸਮੁੰਦਰ ਗੁਪਤ ਹੋ ਗਿਆ ਚੰਦਰ ਗੁਪਤ ਦੂਜਾ ਹੋ ਗਿਆ ਇਹਨਾਂ ਤੋਂ ਬਾਅਦ ਵਾਲੇ ਜਿਹੜੇ ਵੀ ਸ਼ਾਸਕ ਹੋਏ ਆ ਉਹ ਕਮਜ਼ੋਰ ਸ਼ਾਸਕ ਹੋਇਆ ਫਿਰ ਉੱਤਰਾਧਿਕਾਰ ਸੰਬੰਧੀ ਇਹਨਾਂ ਦਾ ਕੋਈ ਨਿਯਮ ਨਹੀਂ ਸੀਗਾ ਕਿ ਸੀਗਾ ਕਿ ਗੁਪਤ ਕਾਲ ਵਿੱਚ ਗੱਦੀ ਪ੍ਰਾਪਤ ਦੇ ਕਰਨ ਲਈ ਆਮ ਕਰਕੇ ਜਦੋਂ ਰਾਜੇ ਦੀ ਮੌਤ ਹੋ ਜਾਂਦੀ ਸੀ ਠੀਕਾ ਉਹ ਤੋਂ ਬਾਅਦ ਜਿਹੜੇ ਉਹਦੇ ਪੁੱਤਰ ਹੁੰਦੇ ਸੀ ਉਹਨਾਂ ਵਿੱਚ ਆਪਸੀ ਲੜਾਈਆਂ ਹੋਣ ਲੱਗ ਜਾਂਦੀਆਂ ਸੀਗੀਆਂ ਜਿਹੜਾ ਲੜਾਈ ਜਿੱਤ ਜਾਂਦਾ ਸੀ ਉਹ ਸ਼ਾਸਕ ਬਣ ਜਾਂਦਾ ਸੀਗਾ ਇਹ ਤੋਂ ਬਿਨਾਂ ਜਿਹੜਾ ਇਹਨਾਂ ਦਾ ਸਾਮਰਾਜ ਸੀਗਾ ਉਹ ਕਾਫੀ ਹੱਦਾਂ ਵਿਸ਼ਾਲ ਹੋ ਗਿਆ ਸੀ ਇਹਦੇ ਤੇ ਨਿਯੰਤਰਣ ਰੱਖਣਾ ਔਖਾ ਹੋ ਗਿਆ ਸੀਗਾ ਸੈਨਾ ਦੀ ਕਮਜ਼ੋਰੀ ਹੋ ਗਿਆ, ਸੀਮਾ ਰੱਖਿਆ ਦੀ ਘਾਟ ਹੋ ਗਈ, ਆਰਥਿਕ ਸੰਕਟ ਹੋ ਗਿਆ, ਅੰਦਰੂਨੀ ਪਗਾਬਤਾ ਹੋ ਗਈਆਂ, ਜਾਂ ਬੁੱਧ ਧਰਮ ਦਾ ਪ੍ਰਭਾਵ ਹੋ ਗਿਆ, ਇਹਨਾਂ ਸਾਰੀਆਂ ਚੀਜ਼ਾਂ ਕਰਕੇ ਗੁਪਤ ਸਾਮਰਾਜ ਦਾ ਪਤਨ ਹੋਣ ਲੱਗ ਗਿਆ ਸੀਗਾ। ਗੁਪਤ ਸ਼ਾਸਕਾਂ ਨੇ ਕਿਹੜੀਆਂ उपाधियां ਧਾਰਨ ਕੀਤੀਆਂ? ਮਹਾਰਾਜਾ ਧਿਰਾਜ, ਪਰਮ ਰਾਜਾ ਧਿਰਾਜ, ਪਰਮ ਦੇਵਤਾ, ਪਰਮ ਭਗਵਤ। ਅੱਗੇ ਹੈ ਗੁਪਤ ਕਾਲ ਵਿੱਚ ਰਾਜੇ ਦੀ ਸਥਿਤੀ ਕਿਹੋ ਜੀ ਸੀ? ਸ਼ਾਸਨ ਦਾ ਧੂਰਾ ਹੁੰਦਾ ਸੀ ਅਸੀਮ ਸ਼ਕਤੀਆਂ ਪ੍ਰਾਪਤ ਸਨ ਉਹ ਆਦਿਆਂ ਤੇਨੁ ਜੁਕਤੀ ਕਰਦਾ ਸੀ ਮੁੱਖ ਨਿਆਂ ਅਧਿਕਾਰੀ ਸੀ ਸ਼ਾਸਨ ਧਰਮ ਸਿਧਾਂਤਾਂ ਅਨੁਸਾਰ ਚਲਾਉਂਦੇ ਸਨ ਪਰਜਾ ਦੀ ਉਹਨਾਂ ਦੀ ਦੇਵਤਿਆਂ ਵਾਂਗ ਪੂਜਾ ਕਰਦੀ ਸੀ ਪਰਜਾ ਦੀ ਭਲਾਈ ਆਪਣਾ ਮੁੱਖ ਕੰਮ ਸਮਝਦੇ ਸਨ ਦੇਖੋ ਅਸਲ ਵਿੱਚ ਕੀ ਸੀ ਕਿ ਰਾਜਾ ਜਿਹੜਾ ਸੀਗਾ ਕੇਂਦਰੀ ਸ਼ਾਸਨ ਦਾ ਧੂਰਾ ਹੁੰਦਾ ਸੀਗਾ ਉਹਦੇ ਕੋਲ ਅਸੀਮਤ ਸ਼ਕਤੀਆਂ ਸੀਗੀਆਂ ਰਾਜ ਦੇ ਸਾਰੇ ਮਹੱਤਵਪੂਰਨ ਅਹੁਦੇ ਅਤੇ ਨਿਯੁਕਤੀ ਵੀ ਰਾਜਾ ਆਪਣੀ ਮਰਜ਼ੀ ਨਾਲ ਕਰਦਾ ਸੀਗਾ ਉਹ ਜਦੋਂ ਚਾਹੇ ਉਸ ਨੂੰ ਹਟਾ ਵੀ ਸਕਦਾ ਸੀ ਉਹਦੇ ਤੋਂ ਇਹ ਤੋਂ ਬਿਨਾਂ ਫਿਰ ਆ ਗਿਆ ਸੈਨਾ ਸੈਨਾ ਜਿਹੜੀ ਸੀ ਉਹ ਵੀ ਸਾਰੀ ਰਾਜੇ ਦੇ ਅਧੀਨ ਹੁੰਦੀ ਸੀਗੀ ਫਿਰ ਨ ਆ ਗਿਆ ਨਿਆ ਪ੍ਰਬੰਧ ਨਿਆ ਪ੍ਰਬੰਧ ਦਾ ਮੁੱਖ ਅਧਿਕਾਰੀ ਵੀ ਰਾਜਾ ਰਾਜਾ ਜਿਹੜਾ ਸੀਗਾ ਖੁਦ ਹੁੰਦਾ ਸੀਗਾ ਤੇ ਉਹਦੇ ਮੂੰਹ ਵਿੱਚੋਂ ਨਿਕਲਿਆ ਸ਼ਬਦਾ ਜਿਹੜਾ ਪਰਜਾ ਲਈ ਉਹ ਹੀ ਕਾਨੂੰਨ ਬਣ ਜਾਂਦਾ ਸੀਗਾ ਉਹ ਫਿਰ ਉਪਾਦੀਆਂ ਵੀ ਧਾਰਨ ਕਰਦੇ ਸੀ ਕਿਹੜੀਆਂ ਕਿਹੜੀਆਂ ਪਾਰਮਰ ਰਾਜਾ ਤੇ ਰਾਜ ਪਰਮ ਦੇਵਤਾ ਪਰਮ ਭਗਵਤ ਇਹ ਉਪਾਧੀਆਂ ਤਾਰਨ ਕਰਦੇ ਸੀਗੇ ਰਾਜੇ ਆਪਣੇ ਨਾਂ ਤੇ ਸਿੱਕੇ ਜਾਰੀ ਕਰਦੇ ਸੀਗੇ ਇਹ ਤੋਂ ਬਿਨਾ ਕੀ ਸੀਗਾ ਕਿ ਜਿਹੜੇ ਗੁਪਤ ਸ਼ਾਸਕ ਸੀਗੇ ਉਹਨਾਂ ਕੋਲ ਕਹਿੰਦੇ ਭਾਵੇਂ ਬਹੁਤ ਜ਼ਿਆਦਾ ਸ਼ਕਤੀਆਂ ਸੀ ਪਰ ਕਦੇ ਵੀ ਉਹਨਾਂ ਦੀ ਦਰਬਾਰਤ ਤੋਂ ਨਹੀਂ ਕਰਦੇ ਸੀਗੇ ਇਹੀ ਕਾਰਨ ਸੀਗਾ ਕਿ ਉਹਨਾਂ ਦੀ ਪਤਜਾ ਜਿਹੜੀ ਸੀ ਉਹ ਵੀ ਉਹਨਾਂ ਦੀ ਦੇਵਤਿਆਂ ਵਾਂਗੂ ਪੂਜਾ ਕਰਦੀ ਸੀਗੀ ਅੱਗੇ ਹੈ ਗੁਪਤ ਕਾਲ ਵਿੱਚ ਮੰਤਰੀਆਂ ਦੀ ਸਭਾ ਨੂੰ ਕੀ ਆਖਦੇ ਸਨ ਮੰਤਰੀ ਪ੍ਰੀਸ਼ਦ ਹੁਣ ਪ੍ਰਸ਼ਾਸਨਾ ਜਿਹੜਾ ਉਹਦੇ ਪ੍ਰਬੰਧ ਨੂੰ ਚੰਗੇ ਢੰਗ ਨਾਲ ਚਲਾਉਣ ਦੇ ਉਦੇਸ਼ ਨਾਲ ਕੀ ਸੀ ਵੀ ਗੁਪਤ ਸ਼ਾਸਕ ਸੀ ਉਹਨਾਂ ਨੇ ਮੰਤਰੀ ਨਿਯੁਕਤ ਕੀਤੇ ਹੋਏ ਸੀ ਮੰਤਰੀ ਜਿਹੜੇ ਸੀ ਉਹਨਾਂ ਦੀ ਨਿਯੁਕਤੀ ਯੋਗਤਾ ਦੇ ਆਧਾਰ ਤੇ ਕੀਤੀ ਜਾਂਦੀ ਸੀਗੀ ਤੇ ਇਹ ਮੰਤਰੀ ਜਿਹੜੇ ਸੀਗੇ ਬਹੁਤ ਵਿਦਵਾਨ ਤੇ ਇਮਾਨਦਾਰ ਹੁੰਦੇ ਸੀਗੇ ਇਹਨਾਂ ਮੰਤਰੀਆਂ ਨੂੰ ਕੀ ਸੀਗਾ ਕਿ ਮੰਤਰੀਆਂ ਦੀ ਸਭਾ ਨੂੰ ਮੰਤਰੀ ਪ੍ਰੀਸ਼ਦ ਕਹਿੰਦੇ ਸੀਗੇ ਤੇ ਗੁਪਤ ਸ਼ਾਸਕਾਂ ਲਈ ਕੀ ਸੀਗਾ ਇਹਨਾਂ ਮੰਤਰੀਆਂ ਦੀ ਸਲਾਹ ਨੂੰ ਮੰਨਣਾ ਜ਼ਰੂਰੀ ਨਹੀਂ ਹੁੰਦਾ ਸੀਗਾ ਪਰ ਉਹ ਕੀ ਸੀਗਾ ਆਮ ਕਰਕੇ ਇਹਨਾਂ ਦੀ ਸਲਾਹ ਮੰਨ ਨਹੀਂ ਲੈਂਦੇ ਸੀਗੇ ਇਹਨਾਂ ਦੇ ਮੰਤਰੀਆਂ ਬੱਚੋਗਾ ਜਿਵੇਂ ਸੰਧੀ ਵਿਗ੍ਰਹਿਕ ਹੋ ਗਿਆ ਜਦੋਂ ਤੇ ਸ਼ਾਂਤੀ ਦਾ ਮੰਤਰੀ ਮਹਾ ਦੰਡਨਾਇਕ ਮੁੱਖ ਨਿਆ ਮੰਤਰੀ ਮਹਾ ਪ੍ਰਤੀਹਾਰ ਜਿਹੜਾ ਸੀ ਰਾਜ ਮਹਿਲ ਦਾ ਮੰਤਰੀ ਦੰਡ ਪਾਸ਼ਿਕ ਜਿਹੜਾ ਪੁਲਿਸ ਵਿਭਾਗ ਦਾ ਪ੍ਰਸਿੱਧ ਮੰਤਰੀ ਸੀਗਾ ਇਹਨਾਂ ਦਾ ਇਹ ਤੋਂ ਬਿਨਾ ਮਹਾ ਬਾਲਾ ਅਧਿਕਾਰਤਾ ਪੈਦਲ ਫੌਜ ਦਾ ਪ੍ਰਧਾਨ ਆ ਗਿਆ ਮਹਾ ਪੀਲੂਪਤੀ ਹਾਥੀ ਸਵਾਰ ਸੈਨਾ ਦਾ ਪ੍ਰਧਾਨ ਆ ਗਿਆ ਮਹਾ ਅਸ਼ਵਪਤੀ ਘੋਰ ਸਵਾਰ ਸੈਨਾ ਦਾ ਪ੍ਰਧਾਨ ਆ ਗਿਆ ਇਹ ਜਿਹੜੇ ਸੀ ਇਹਨਾਂ ਦੇ ਮੰਤਰੀ ਸੀ ਅੱਗੇ ਆਪਾਂ ਇਹਨਾਂ ਨਾਲ ਰਿਲੇਟਡ ਕੁਐਸਚਨ ਕਰਦੇ ਹਾਂ ਗੁਪਤਕਾਲ ਵਿੱਚ ਮੰਤਰੀਆਂ ਦੀ ਸਭਾ ਨੂੰ ਕੀ ਆਖਦੇ ਸਨ ਮੰਤਰੀ ਪ੍ਰੀਸ਼ਦ ਗੁਪਤਕਾਲ ਦੇ ਮੁੱਖ ਮੰਤਰੀ ਕਿਹੜੇ ਸਨ ਸਭ ਤੋਂ ਪਹਿਲਾਂ ਹੈ ਸੰਧੀ ਵਿਗ੍ਰਹਿਕ ਇਹ ਕੌਣ ਹੁੰਦਾ ਸੀ ਯੁੱਧ ਤੇ ਸ਼ਾਂਤੀ ਦਾ ਮੰਤਰੀ ਫਿਰ ਆ ਗਿਆ ਮਹਾ ਦੰਡਨਾਇਕ ਇਹ ਕੌਣ ਸੀਗਾ ਮੁੱਖ ਨਿਆਂ ਮੰਤਰੀ ਫਿਰ ਆ ਗਿਆ ਮਹਾ ਪ੍ਰਤੀਹਾਰ ਇਹ ਸੀਗਾ ਰਾਜ ਮਹਿਲ ਮੰਤਰੀ ਦੰਡਪਾਸ਼ਿਕ ਜਿਹੜਾ ਸੀ ਪੁਲਿਸ ਵਿਭਾਗ ਦੇ ਉੱਚ ਅਧਿਕਾਰੀ ਹੁੰਦੇ ਸੀ ਉਹਨਾਂ ਨੂੰ ਕਹਿੰਦੇ ਸੀ ਮਹਾ ਬਾਲਾ ਅਧਿਕਾਰੀ ਤਾਂ ਜਿਹੜੇ ਸੀਗੇ ਪੈਦਲ ਫੌਜ ਦਾ ਪ੍ਰਧਾਨ ਹੁੰਦਾ ਸੀ ਮਹਾਪੀਲੂਪਤੀ ਜਿਹੜਾ ਸੀਗਾ ਹਾਥੀ ਸਵਾਰ ਸੈਨਾ ਦਾ ਪ੍ਰধান ਹੁੰਦਾ ਸੀਗਾ ਅੱਗੇ ਆ ਗਿਆ ਮਹਾਸ਼ਪਤੀ ਇਹਦਾ ਸੀਗਾ ਘੋੜਸਵਾਰ ਸੈਨਾ ਦਾ ਪ੍ਰধান ਹੁੰਦਾ ਸੀ ਗੁਪਤ ਕਾਲ ਵਿੱਚ ਪ੍ਰਾਂਤ ਨੂੰ ਕੀ ਕਿਹਾ ਜਾਂਦਾ ਸੀ? ਭੁਗਤੀ ਕਿਹਾ ਜਾਂਦਾ ਸੀ। ਹੁਣ ਅੱਗੇ ਦੇਖੋ ਪ੍ਰਾਂਤ ਦਾ ਪ੍ਰਬੰਧ ਆ ਗਿਆ। ਗੁਪਤ ਸਾਮਰਾਜ ਕਹਿੰਦੇ ਕਾਫੀ ਜ਼ਿਆਦਾ ਵਿਸ਼ਾਲ ਸੀਗਾ ਤਾਂ ਪ੍ਰਸ਼ਾਸਨ ਦੀ ਸਹੂਲਤ ਲਈ ਕੀ ਸੀਗਾ? ਰਾਜਾ ਨੇ ਆਪਣੇ ਰਾਜ ਨੂੰ ਪ੍ਰਾਂਤਾਂ ਵਿੱਚ ਮੰਡ ਲਿਆ ਸੀਗਾ। ਪ੍ਰਾਂਤ ਜਿਹੜੇ ਸੀ ਉਹਨਾਂ ਨੂੰ ਪ੍ਰਦੇਸ਼ ਜਾਂ ਉਕਤੀ ਕੇ ਜਾਂਦਾ ਸੀਗਾ ਹਰੇਕ ਪ੍ਰਾਂਤ ਦਾ ਫਿਰ ਇੱਕ ਗਵਰਨਰ ਹੁੰਦਾ ਸੀਗਾ ਉਹਦੇ ਅਧੀਨ ਪ੍ਰਾਂਤ ਹੁੰਦਾ ਸੀਗਾ ਜਿਹੜਾ ਗਵਰਨਰ ਹੁੰਦਾ ਸੀ ਉਹਨੂੰ ਉਪਾਰਿਕ ਮਹਾਰਾਜ ਜਾਂ ਕੁਮਾਰ ਮੱਤਿਆ ਕਹਿੰਦੇ ਸੀਗੇ ਆਮ ਕਰਕੇ ਇਹਦੇ ਲਈ ਕਿਹਨੂੰ ਨਿਯੁਕਤ ਕੀਤਾ ਜਾਂਦਾ ਸੀ ਜਾਂ ਤਾਂ ਰਾਜਗਵਰ ਨਿਯੁਕਤ ਕੀਤੇ ਜਾਂਦੇ ਸੀ ਜਾਂ ਰਾਜ ਘਰਾਣੇ ਨਾਲ ਜਿਹੜੇ ਸਬੰਧਤ ਵਿਅਕਤੀ ਹੁੰਦੇ ਸੀ ਉਹਨਾਂ ਨੂੰ ਇਸ ਪਦਵੀ ਤੇ ਨਿਯੁਕਤ ਕੀਤਾ ਜਾਂਦਾ ਸੀ ਪਰ ਕਹਿੰਦੇ ਕੀ ਆ ਵੀ ਕਦੇ-ਕਦੇ ਜਿਹੜਾ ਸਮਰਾਟ ਹੁੰਦਾ ਸੀ ਆਪਣੇ ਵਿਸ਼ਵਾਸਪੱਤਰ ਜਿਹੜੇ ਹੁੰਦੇ ਸੀ ਉਹਨਾਂ ਨੂੰ ਵੀ ਇਹ ਪਦਵੀ ਤੇ ਨਿਯੁਕਤ ਕਰ ਦਿੰਦਾ ਸੀਗਾ ਉਪਰੀਕ ਉਪਾਰਿਕ ਜਿਹੜਾ ਹੁੰਦਾ ਸੀ ਉਹਨਾਂ ਦੇ ਮੁੱਖ ਕਰਤੱਬ ਕੀ ਹੁੰਦੇ ਸੀ ਆਪਣੇ ਇਲਾਕੇ ਵਿੱਚ ਸ਼ਾਂਤੀ ਸਥਾਪਿਤ ਕਰਕੇ ਰੱਖਦੇ ਸੀਗੇ ਵਿਦੇਸ਼ੀ ਹਮਲਾਵਾਰਾਂ ਤੋਂ ਆਪਣੇ ਪ੍ਰਦੇਸ਼ ਦੀ ਰਖਵਾਲੀ ਕਰਦੇ ਸੀਗੇ ਪਰਜਾ ਦੇ ਕਲਿਆਣ ਦੇ ਕੰਮ ਕਰਨਾ ਹੋ ਗਿਆ ਸਮਰਾਟ ਦੇ ਹੁਕਮਾਂ ਨੂੰ ਲਾਗੂ ਕਰਵਾਉਣਾ ਹੋ ਗਿਆ ਇਹ ਸਾਰੇ ਜਿਹੜੇ ਸੀਗੇ ਇਹਨਾਂ ਦੇ ਮੁੱਖ ਕੰਮ ਹੁੰਦੇ ਸੀ ਤੇ ਇਹਨਾਂ ਦੀ ਸਹਾਇਤਾ ਲਈ ਵੀ ਕਈ ਮੰਤਰੀ ਰੱਖੇ ਹੁੰਦੇ ਸੀਗੇ ਇਹਦੇ ਨਾਲ ਰਿਲੇਟਡ ਕੁਐਸਚਨ ਦੇਖਦੇ ਅੱਗੇ ਗਪਤ ਕਾਲ ਵਿੱਚ ਪ੍ਰਾਂਤ ਦਾ ਮੁਖੀਆ ਕੌਣ ਹੁੰਦਾ ਸੀ ਗਵਰਨਰ ਗੁਪਤ ਕਾਲ ਵਿੱਚ ਗਵਰਨਰ ਨੂੰ ਕੀ ਆਖਦੇ ਸਨ ਉਪਰਿਕ ਮਹਾਰਾਜਾ ਜਾਂ ਕੁਮਾਰ ਮਤਿਆ ਪ੍ਰਾਂਤਾਂ ਨੂੰ ਅੱਗੇ ਕਿੰਨਾ ਵਿੱਚ ਵੰਡਿਆ ਹੋਇਆ ਸੀ ਜ਼ਿਲ੍ਹਿਆਂ ਵਿੱਚ ਗੁਪਤ ਕਾਲ ਵਿੱਚ ਜ਼ਿਲ੍ਹਿਆਂ ਨੂੰ ਕੀ ਆਖਦੇ ਸਨ ਵਿਸ਼ਯਾ ਵਿਸ਼ਯਾ ਦੇ ਪ੍ਰਧਾਨ ਨੂੰ ਕੀ ਆਖਦੇ ਸਨ ਵਿਸ਼ਯਾਪਤੀ ਦੇਖੋ ਇਸੇ ਤਰ੍ਹਾਂ ਹੁਣ ਜਿਹੜਾ ਸਥਾਨਕ ਪ੍ਰਬੰਧ ਹੋ ਗਿਆ ਉਹਦੇ ਵਿੱਚ ਪ੍ਰਾਂਤਾਂ ਨੂੰ ਅੱਗੇ ਜ਼ਿਲ੍ਹਿਆਂ ਵਿੱਚ ਵੰਡਿਆ ਹੋਇਆ ਸੀ ਜ਼ਿਲ੍ਹੇ ਜਿਹੜੇ ਹੁੰਦੇ ਸੀ ਉਹਨਾਂ ਨੂੰ ਵਿਸ਼ਯਾ ਕਿਹਾ ਜਾਂਦਾ ਸੀ ਤੇ ਵਿਸ਼ਯਾ ਦਾ ਮੁਖੀ ਕੌਣ ਹੁੰਦਾ ਸੀ ਵਿਸ਼ਯਾਪਤੀ ਹੁੰਦਾ ਸੀ ਇਹ ਕਿਸੇ ਦਾ ਜ਼ਿਲ੍ਹਿਆਂ ਦੇ ਅਧਿਕਾਰੀਆਂ ਦੀ ਮਦਦ ਨਾਲ ਕੀ ਸੀਗਾ ਜਿਹੜਾ ਵਿਸ਼ਿਆ ਹੁੰਦਾ ਸੀ ਜਾਂ ਜ਼ਿਲ੍ਹਾ ਹੁੰਦਾ ਸੀ ਉਹਦਾ ਸ਼ਾਸਨ ਪ੍ਰਬੰਧ ਚਲਾਉਂਦਾ ਸੀਗਾ ਵਿਸ਼ਯਪਤੀ ਦੀ ਜਿਹੜੀ ਨਿਯੁਕਤੀ ਸੀ ਉਹ ਉਪਾਰਿਕ ਦੁਆਰਾ ਕੀਤੀ ਜਾਂਦੀ ਸੀਗੀ ਪਰ ਕਦੇ-ਕਦੇ ਸਮਰਾਟ ਜਿਹੜਾ ਸੀਗਾ ਆਪ ਵੀ ਇਹਦੀ ਨਿਯੁਕਤੀ ਕਰ ਦਿੰਦਾ ਸੀਗਾ ਜ਼ਿਲ੍ਹਾ ਵਾ ਜਿਹੜਾ ਜਾਂ ਜਿਹੜੇ ਵਿਸ਼ਿਆ ਉਹਨੂੰ ਅੱਗੇ ਸ਼ਹਿਰਾਂ ਵਿੱਚ ਜਾਂ ਪਿੰਡਾਂ ਵਿੱਚ ਵੰਡਿਆ ਹੁੰਦਾ ਸੀਗਾ ਸ਼ਹਿਰ ਦਾ ਪ੍ਰਮੁੱਖ ਪਰਪਾਲਖ ਹੁੰਦਾ ਸੀਗਾ ਇਹਦਾ ਮੁੱਖ ਕੰਮ ਕੀ ਹੁੰਦਾ ਸੀ ਸਿਹਤ ਹੋ ਗਿਆ ਸਫਾਈ ਹੋ ਗਿਆ ਜਾਂ ਪ੍ਰਾਇਮਰੀ ਸਿੱਖਿਆ ਹੋ ਗਿਆ ਇਹਨਾਂ ਚੀਜ਼ਾਂ ਦਾ ਪ੍ਰਬੰਧ ਕਰਨਾ ਸੀ ਪ੍ਰਸ਼ਾਸਨ ਦੀ ਛੋਟੀ ਕਈ ਪਿੰਡ ਸੀਗੇ ਪਿੰਡ ਦਾ ਮੁਖੀ ਗ੍ਰਾਮਿਕ ਕਹਿੰਦੇ ਸੀਗੇ ਉਹਨੂੰ ਠੀਕ ਆ ਪਿੰਡ ਦੀ ਪੰਚਾਇਤ ਨਾਲ ਰਲ ਕੇ ਉਹ ਪਿੰਡਾਂ ਦੇ ਕੰਮ ਕਰਦਾ ਹੁੰਦਾ ਸੀ ਹੁਣ ਆਪਾਂ ਦੇਖਦੇ ਹਾਂ ਉਪਾਰਿਕਾ ਜਿਹੜਾ ਉਹਦਾ ਮੁੱਖ ਕੰਮ ਕੀ ਹੁੰਦਾ ਸੀ ਇਲਾਕੇ ਵਿੱਚ ਸ਼ਾਂਤੀ ਸਥਾਪਿਤ ਕਰਨਾ ਵਿਦੇਸ਼ੀ ਹਮਲਾਵਾਰਾਂ ਤੋਂ ਰਖਵਾਲੀ ਕਰਨਾ ਪਰਜਾ ਦੇ ਕਲਿਆਣ ਦੇ ਕੰਮ ਕਰਨਾ ਤੇ ਸਮਰਾਟ ਦੇ ਹੁਕਮਾਂ ਨੂੰ ਲਾਗੂ ਕਰਵਾਉਣਾ ਵਿਸ਼ਿਆਂ ਨੂੰ ਅੱਗੇ ਕਿਸ ਵਿੱਚ ਵੰਡਿਆ ਹੋਇਆ ਸੀ ਸ਼ਹਿਰਾਂ ਜਾਂ ਸ਼ਹਿਰਾਂ ਅਤੇ ਪਿੰਡਾਂ ਦੇ ਵਿੱਚ ਸ਼ਹਿਰ ਦਾ ਪ੍ਰਮੁੱਖ ਅਧਿਕਾਰੀ ਕੀ ਅਖਵਾਉਂਦਾ ਸੀ ਪੁਰਪਾਲ ਪ੍ਰਸ਼ਾਸਨ ਦੀ ਸਭ ਤੋਂ ਛੋਟੀ ਇਕਾਈ ਕੀ ਸੀ ਪਿੰਡ ਪਿੰਡ ਦੇ ਮੁਖੀ ਨੂੰ ਕੀ ਕਿਹਾ ਜਾਂਦਾ ਸੀ ਗ੍ਰਾਮਿਕ ਗੁਪਤ ਕਾਲ ਦੀ ਸਭ ਤੋਂ ਛੋਟੀ ਅਦਾਲਤ ਕਿਹੜੀ ਹੁੰਦੀ ਸੀ ਰਾਜੇ ਦੀ ਅਦਾਲਤ ਦੇਖੋ ਨਿਆ ਪ੍ਰਬੰਧ ਯਾਨੀ ਕਿ ਅਦਾਲਤ ਤੋਂ ਮਤਲਬ ਕਿ ਉਹਨਾਂ ਦਾ ਨਿਆਂ ਪ੍ਰਬੰਧ ਗੁਪਤ ਰਾਜੇ ਜਿਹੜੇ ਸੀਗੇ ਉਹਨਾਂ ਨੂੰ ਨਿਆਂ ਬਹੁਤ ਪਸੰਦ ਸੀਗਾ ਉਹ ਰਾਜੇ ਕੀ ਸੀਗੇ ਵੀ ਵੱਖ-ਵੱਖ ਪ੍ਰਸ਼ਾਸਨਿਕ ਇਕਾਈਆਂ ਜਿਹੜੀਆਂ ਹੁੰਦੀਆਂ ਸੀ ਉਹਦੇ ਵਿੱਚ ਕਈ ਅਦਾਲਤਾਂ ਉਹਨਾਂ ਨੇ ਬਣਾਈਆਂ ਹੋਈਆਂ ਸੀਗੀਆਂ ਤੇ ਰਾਜੇ ਦੀ ਜਿਹੜੀ ਅਦਾਲਤ ਹੁੰਦੀ ਸੀ ਉਹ ਸਭ ਤੋਂ ਵੱਡੀ ਅਦਾਲਤ ਹੁੰਦੀ ਸੀਗੀ ਗੁਪਤ ਕਾਲ ਵਿੱਚ ਕੀ ਸੀ ਕਾਨੂੰਨ ਦੇ ਨਾਲ ਸੰਬੰਧਿਤ ਕਾਫੀ ਸਾਰੀਆਂ ਪੁਸਤਕਾਂ ਵੀ ਲਿਖੀਆਂ ਗਈਆਂ ਸੀਗੀਆਂ ਫਿਰ ਉਸ ਟਾਈਮ ਦੇ ਵਿੱਚ ਜਿਹੜੀਆਂ ਸਜ਼ਾਾਂ ਮ ਦਿੱਤੀਆਂ ਜਾਂਦੀਆਂ ਸੀ ਉਹ ਵੀ ਨਰਮ ਦਿੱਤੀਆਂ ਜਾਂਦੀਆਂ ਸੀ ਜ਼ਿਆਦਾਤਰ ਇਹ ਹੁੰਦਾ ਸੀ ਕਿ ਜਿਹੜੇ ਅਪਰਾਧੀ ਹੁੰਦੇ ਸੀ ਉਹਨਾਂ ਨੂੰ ਜੁਰਮਾਨਾ ਕੀਤਾ ਜਾਂਦਾ ਸੀ ਜੇ ਕੋਈ ਬਾਰ-ਬਾਰ ਅਪਰਾਧ ਕਰੀ ਜਾਂਦਾ ਸੀ ਜਾਂ ਕੋਈ ਵੱਡਾ ਅਪਰਾਧ ਕਰਦਾ ਸੀ ਤਾਂ ਉਹਦੇ ਹੱਥ-ਪੈਰ ਕੱਟ ਦਿੱਤੇ ਜਾਂਦੇ ਸੀ ਮੌਤ ਦੀ ਸਜ਼ਾ ਵਾ ਜਿਹੜੀ ਉਹ ਗੋਪਤ ਸਾਮਰਾਜ ਵਿੱਚ ਨਹੀਂ ਦਿੱਤੀ ਜਾਂਦੀ ਸੀ ਕਿਸੇ ਨੂੰ ਵੀ ਨਹੀਂ ਦਿੱਤੀ ਜਾਂਦੀ ਸੀ ਉਹਨਾਂ ਦੇ ਵੇਲੇ ਵਿੱਚ ਕਹਿੰਦੇ ਕਾਨੂੰਨ ਦਾ ਸ਼ਾਸਨ ਪ੍ਰਬੰਧ ਇੰਨਾ ਚੰਗਾ ਸੀ ਵੀ ਚੋਰੀ ਦੀਆਂ ਵਾਰਦਾਤਾਂ ਵੀ ਬਹੁਤ ਘੱਟ ਹੁੰਦੀਆਂ ਸੀਗੀਆਂ ਈਵਨ ਕਿ ਜਿਹੜਾ ਫਾਹਿਆਂ ਨਾ ਚੀਨੀ ਰਾਤਰੀ ਚੰਦਰਗੋਪਤ ਦੂਜੇ ਦੇ ਟਾਈਮ ਵਿੱਚ ਭਾਰਤ ਆਇਆ ਵਾ ਉਹਨੇ ਵੀ ਲਿਖਿਆ ਕਹਿੰਦਾ ਮੈਂ ਹਜ਼ਾਰਾਂ ਮੀਲ ਦਾ ਸਫ਼ਰ ਕਰਕੇ ਆਇਆ ਵਾ ਪਰ ਇੰਨੇ ਟਾਈਮ ਦੇ ਵਿੱਚ ਮੈਨੂੰ ਇੱਕ ਵਾਰੀ ਵੀ ਕਿਸੇ ਨੇ ਲੁੱਟਿਆ ਨਹੀਂਗਾ ਅੱਗੇ ਦੇਖਨੇ ਕੁਐਸਚਨ ਗੁਪਤ ਕਾਲ ਵਿੱਚ ਰਾਜ ਦੀ ਆਮਦਨ ਦਾ ਸਾਧਨ ਕੀ ਸੀ ਭੂਮੀ ਕਰ ਹੁਣ ਜੇ ਆਰਥਿਕਤਾ ਦੇਖੀ ਜਾਵੇ ਤਾਂ ਰਾਜ ਦੀ ਆਮਦਨ ਦਾ ਮੁੱਖ ਸਾਧਨ ਕੀ ਸੀਗਾ ਭੂਮੀ ਕਰ ਜਿਹੜਾ ਸੀਗਾ ਆਮਦਨ ਦਾ ਮੁੱਖ ਸਾਧਨ ਸੀਗਾ ਹੁਣ ਭੂਮੀ ਕਰ ਲਿਆ ਕਿਵੇਂ ਜਾਂਦਾ ਸੀਗਾ ਕਿ ਗੁਪਤ ਸ਼ਾਸਕਾਂ ਨੇ ਪਹਿਲਾਂ ਤਾਂ ਸਾਰੀ ਖੇਤੀ ਜੋਗ ਭੂਮੀ ਦੀ ਮੈਂਤੀ ਕਰਵਾਈ ਸੀਗੀ ਠੀਕ ਆ ਫਿਰ ਲਗਾਨ ਭੂਮੀ ਦੀ ਉਪਜਾਊ ਸ਼ਕਤੀ ਦੇ ਆਧਾਰ ਤੇ ਨਿਸ਼ਚਿਤ ਕੀਤਾ ਸੀਗਾ ਸਭ ਤੋਂ ਜਿਹੜੀ ਵੱਧ ਉਪਜਾਊ ਜ਼ਮੀਨ ਸੀਗੀ ਇਹ ਕੋਲ ਨੂੰ ਆਪਣੇ ਦਾ ਛੇਵਾਂ ਹਿੱਸਾ ਲਿਆ ਜਾਂਦਾ ਸੀ ਤੇ ਜਿਹੜੀ ਘੱਟ ਉਪਜਾਊ ਜ਼ਮੀਨ ਹੁੰਦੀ ਸੀ ਉਹ ਤੋਂ 8ਵੇਂ ਤੋਂ 12ਵੇਂ ਹਿੱਸੇ ਤੱਕ ਲਿਆ ਜਾਂਦਾ ਸੀਗਾ ਲਗਾਨ ਅੱਗੇ ਦੇਖਦੇ ਹਾਂ ਲਗਾਨ ਕਿਸ ਦੇ ਆਧਾਰ ਤੇ ਲਿਆ ਜਾਂਦਾ ਸੀ ਭੂਮੀ ਦੀ ਉਪਜਾਊ ਸ਼ਕਤੀ ਦੇ ਸਭ ਤੋਂ ਉਪਜਾਊ ਭੂਮੀ ਤੋਂ ਕਿੰਨਾ ਲਗਾਨ ਲਿਆ ਜਾਂਦਾ ਸੀ ਕੁੱਲ ਉਪਜ ਦਾ 6ਵਾਂ ਹਿੱਸਾ ਘੱਟ ਉਪਜਾਊ ਭੂਮੀ ਤੋਂ ਕਿੰਨਾ ਲਗਾਨ ਲਿਆ ਜਾਂਦਾ ਸੀ 8ਵੇਂ ਤੋਂ 12ਵੇਂ ਹਿੱਸੇ ਤੱਕ ਗੋਪਤ ਕਾਲ ਵਿੱਚ ਲਗਾਨ ਨੂੰ ਕੀ ਕਿਹਾ ਜਾਂਦਾ ਸੀ ਭਾਗ ਗੁਪਤ ਕਾਲ ਵਿੱਚ ਰਾਜ ਦੀ ਆਮਦਨ ਦੇ ਹੋਰ ਕਿਹੜੇ ਸਾਧਨ ਸਨ ਦੇਖੋ ਸਿਰਫ ਇਹ ਤਾਂ ਹੈ ਨਹੀਂ ਸੀ ਕਿ ਭੂਮੀ ਕਰ ਤੋਂ ਸਾਰਾ ਗੁਜ਼ਾਰਾ ਹੋ ਜਾਂਦਾ ਸੀ ਆਮਦਨ ਦੇ ਹੋਰ ਵੀ ਸਾਧਨ ਸੀਗੇ ਜਿਵੇਂ ਪਹਿਲਾਂ ਆ ਗਿਆ ਕਿ ਵਪਾਰਕ ਚੀਜ਼ਾਂ ਤੇ ਲੱਗਾ ਚੁੰਗੀ ਕਰ ਜਿਹੜੀਆਂ ਚੀਜ਼ਾਂ ਦਾ ਵਪਾਰ ਕੀਤਾ ਜਾਂਦਾ ਸੀ ਉਹਨਾਂ ਉੱਪਰ ਜਿਹੜਾ ਵੀ ਚੁੰਗੀ ਕਰ ਲੱਗਿਆ ਹੁੰਦਾ ਸੀ ਉਹ ਤੋਂ ਵੀ ਸਰਕਾਰ ਜਿਹੜੀ ਸੀ ਜਾਂ ਜਿਹੜਾ ਗੁਪਤ ਸਮਰਾਟ ਦੇ ਰਾਜੇ ਸੀ ਉਹਨਾਂ ਨੂੰ ਆਮਦਨ ਹੁੰਦੀ ਸੀ ਅਪਰਾਧੀਆਂ ਤੇ ਲਗਾਏ ਗਏ ਜੁਰਮਾਨੇ ਹਾਰੇ ਹੋਏ ਸ਼ਾਸਕਾਂ ਤੋਂ ਪ੍ਰਾਪਤ ਰਕਮ ਵਿਦੇਸ਼ੀ ਰਾਜਦੂਤਾਂ ਤੋਂ ਪ੍ਰਾਪਤ ਤੋਹਫੇ ਜੰਗਲਾਂ ਚਰਾੰਦਾ ਅਤੇ ਲੂਨ ਦੀਆਂ ਖਾਣਾ ਤੋਂ ਪ੍ਰਾਪਤ ਆਮਦਨ ਇਹਨਾਂ ਸਾਰੀਆਂ ਚੀਜ਼ਾਂ ਤੋਂ ਇਹਨਾਂ ਨੂੰ ਆਮਦਨ ਪ੍ਰਾਪਤ ਹੁੰਦੀ ਸੀ ਅੱਗੇ ਹੈ ਗੁਪਤ ਸ਼ਾਸਕ ਆਪਣੀ ਆਮਦਨ ਦਾ ਬਹੁਤੇ ਭਾਗ ਕਿੱਥੇ ਖਰਚ ਕਰਦੇ ਸਨ ਲੋਕ ਭਲਾਈ ਦੇ ਕੰਮਾਂ ਵਿੱਚ ਖਰਚ ਕਰਦੇ ਸੀਗੇ ਇਹ ਤੋਂ ਬਿਨਾ ਮੰਦਰਾਂ ਦੇ ਨਿਰਮਾਣ ਵਿੱਚ ਜਿਹੜਾ ਸੀ ਖਰਚਾ ਕਰਦੇ ਸੀਗੇ ਵਿਦਵਾਨ ਜਿਹੜੇ ਹੁੰਦੇ ਸੀ ਵਿਦਵਾਨਾਂ ਨੂੰ ਸਰਪ੍ਰਸਤੀ ਦਿੰਦੇ ਸੀਗੇ ਬ੍ਰਾਹਮਣਾਂ ਗਰੀਬਾਂ ਤੇ ਵਿਦਵਾਨਾਂ ਨੂੰ ਦਾਨ ਦਿੰਦੇ ਸੀਗੇ ਸੈਨਾ ਅਤੇ ਸਰਕਾਰੀ ਕਰਮਚਾਰੀਆਂ ਤੇ ਖਰਚ ਹੋ ਜਾਂਦਾ ਸੀ ਤੇ ਆਪਣੇ ਅਸ਼ੋਕਰਾਮ ਲਈ ਕੀ ਸੀਗਾ ਉਹ ਬਹੁਤ ਘੱਟ ਪੈਸਾ ਖਰਚ ਕਰਦੇ ਸੀਗੇ ਅੱਗੇ ਆ ਗਿਆ ਗੋਪਤ ਸ਼ਾਸਕਾਂ ਨੇ ਆਪਣੀ ਸੈਨਾ ਨੂੰ ਕਿਹੜੇ ਛੇ ਅੰਗਾਂ ਵਿੱਚ ਵੰਡਿਆ ਹੋਇਆ ਸੀਗਾ ਪੈਦਲ ਸੈਨਾ ਘੋੜਸਵਾਰਾਂ ਹਾਥੀਆਂ ਰੱਥਾਂ ਜਲ ਸੈਨਾ ਆਵਾਜ਼ਾਈ ਦੇ ਸਾਧਨ ਇਹਨਾਂ ਵਿੱਚ ਜਿਹੜਾ ਸੀਗਾ ਛੇ ਅੰਗਾਂ ਵਿੱਚ ਉਹਨਾਂ ਨੇ ਆਪਣੀ ਸੈਨਾ ਨੂੰ ਵੰਡਿਆ ਹੋਇਆ ਸੀਗਾ ਗੋਪਤ ਸੈਨਿਕ ਜੰਦ ਵਿੱਚ ਕਿਹੜੇ ਹਥਿਆਰ ਦੀ ਵਰਤੋਂ ਕਰਦੇ ਸਨ ਤੀਰ ਕਮਾਨ ਕਹਾੜੇ ਨਿਜੇ ਤਲਵਾਰਾਂ ਤੇ ਢਾਲਾਂ ਇਨ੍ਹਾਂ ਹਥਿਆਰਾਂ ਦੀ ਜਿਹੜੀ ਸੀ ਉਹ ਯੁੱਧ ਵਿੱਚ ਵਰਤੋਂ ਕਰਦੇ ਸੀ ਅੱਗੇ ਹੈ ਗੁਪਤ ਕਾਲ ਵਿੱਚ ਪਰਿਵਾਰ ਕਿਹੋ ਜੇ ਸਨ ਪਰਿਵਾਰ ਜਿਹੜੇ ਸੀਗੇ ਉਹਨਾਂ ਨੇ ਟਾਈਮ ਦੇ ਵਿੱਚ ਉਹ ਸਾਂਝੇ ਪਰਿਵਾਰ ਹੁੰਦੇ ਸੀਗੇ ਪਰਿਵਾਰ ਦਾ ਜਿਹੜਾ ਸਭ ਤੋਂ ਬਜ਼ੁਰਗ ਵਿਅਕਤੀ ਹੁੰਦਾ ਸੀ ਉਹੀ ਪਰਿਵਾਰ ਦਾ ਮੁਖੀਆ ਹੁੰਦਾ ਸੀਗਾ ਪਰਿਵਾਰ ਦੇ ਸਾਰੇ ਮੈਂਬਰਾਂ ਦੀ ਜਿਹੜੀ ਸੀ ਦੇਖਭਾਲ ਕਰਦਾ ਸੀਗਾ ਉਹ ਇਦੋਂ bina ਜਿਹੜੇ ਪਰਿਵਾਰ ਦੇ ਮੈਂਬਰ ਸੀ ਦੂਜੇ ਪਾਸੇ ਉਹ ਜਿਹੜਾ ਬਜ਼ੁਰਗ ਮੈਂਬਰ ਹੁੰਦਾ ਸੀ ਉਹਦੀ ਆਗਿਆ ਦਾ ਪਾਲਣ ਕਰਦੇ ਸੀਗੇ ਤੇ ਪਰਿਵਾਰ ਦੇ ਵਿੱਚ ਪੁੱਤਰ ਦਾ ਹੋਣਾ ਜ਼ਰੂਰੀ ਸਮਝਿਆ ਜਾਂਦਾ ਸੀ ਠੀਕ ਹੈ ਸਾਰੇ ਪੁੱਤਰਾਂ ਦਾ ਜਿਹੜਾ ਪਰਿਵਾਰ ਦੀ ਜਾਇਦਾਦ ਤੇ ਬਰਾਬਰ ਹਿੱਸਾ ਹੁੰਦਾ ਸੀਗਾ ਗੁਪਤ ਕਾਲ ਵਿੱਚ ਪਰਿਵਾਰ ਦਾ ਮੁਖੀ ਕੌਣ ਹੁੰਦਾ ਸੀ ਪਰਿਵਾਰ ਦਾ ਸਭ ਤੋਂ ਬਜ਼ੁਰਗ ਵਿਅਕਤੀ ਪਰਿਵਾਰ ਵਿੱਚ ਕਿਸ ਦਾ ਹੋਣਾ ਜ਼ਰੂਰੀ ਸਮਝਿਆ ਜਾਂਦਾ ਸੀ ਪੁੱਤਰ ਦਾ ਗੁਪਤ ਕਾਲ ਵਿੱਚ ਵਿਆਹ ਦੀ ਕਿਹੜੀ ਪ੍ਰਣਾਲੀ ਪ੍ਰਚਲਿਤ ਸੀ ਬਾਲ ਵਿਆਹ ਤੇ ਇਕ ਵਿਆਹ ਦੋਨੇ ਪ੍ਰਣਾਲੀਆਂ ਪ੍ਰਚਲਿਤ ਸੀ ਵਿਧਵਾ ਨੂੰ ਵਿਆਹ ਕਰਾਉਣ ਦੀ ਇਜਾਜ਼ਤ ਸੀਗੀ ਉੱਚ ਵਰਗ ਦੇ ਲੋਕ ਇੱਕ ਤੋਂ ਵੱਧ ਇਸਤਰੀਆਂ ਨਾਲ ਵਿਆਹ ਕਰਵਾਉਂਦੇ ਸਨ ਪਹਿਲੀਆਂ ਤਿੰਨ ਛੜਾਣੀਆਂ ਵਿੱਚ ਅੰਤਰਜਾਤੀ ਵਿਆਹ ਪ੍ਰਚਲਿਤ ਸਨ ਦੇਖੋ ਜੇ ਵਿਆਹਾਂ ਦੇ ਅਕੋਰਡਿੰਗ ਦੇਖਿਆ ਜਾਵੇ ਤਾਂ ਜਿਹੜੀ ਇਸਤਰੀਆਂ ਦੀ ਕੰਡੀਸ਼ਨ ਆ ਉਸ ਟਾਈਮ ਦੇ ਵਿੱਚ ਚੰਗੀ ਸੀਗੀ ਉਹਨਾਂ ਦੀ ਕੰਡੀਸ਼ਨ ਹਾਲਾਂਕਿ ਉਹਨਾਂ ਉੱਪਰ ਕੁਝ ਪਾਬੰਦੀਆਂ ਲਗਾਈਆਂ ਹੋਈਆਂ ਸੀਗੀਆਂ ਜਿਵੇਂ ਉਸ ਸਮੇਂ ਜਿਹੜੀ ਬਾਲ ਵਿਆਹ ਦੀ ਪ੍ਰਥਾ ਜਿਹੜੀ ਸੀ ਉਹ ਵੀ ਪ੍ਰਚਲਿਤ ਸੀਗੀ ਆਮ ਕਰਕੇ ਲੜਕੀ ਦਾ ਵਿਆਹ ਆ ਜਿਹੜੀ ਛੋਟੀ ਉਮਰ ਵਿੱਚ ਕੀਤਾ ਜਾਂਦਾ ਸੀ ਤੇ ਉਹਨਾਂ ਨੂੰ ਪਹਿਲਾਂ ਵਾਂਕੀ ਸੀ ਆਪਣੇ ਪਤੀ ਨੂੰ ਚੁਣਨ ਦੀ ਆਗਿਆ ਨਹੀਂ ਸੀਗੀ ਠੀਕ ਆ ਉਹ ਘਰੇਲੂ ਜੀਵਨ ਬਤੀਤ ਕਰਦੀਆਂ ਸੀਗੀਆਂ ਸਮਾਜ ਵਿੱਚ ਕਹਿੰਦੇ ਇੱਕ ਵਿਆਹ ਦੀ ਪ੍ਰਥਾ ਵੀ ਪ੍ਰਚਲਿਤ ਸੀ ਤੇ ਜਿਹੜੇ ਉੱਚ ਵਰਗ ਦੇ ਲੋਕ ਸੀ ਉਹ ਇੱਕ ਤੋਂ ਵੱਧ ਇਸਤਰੀਆਂ ਨਾਲ ਵਿਆਹ ਕਰਵਾਉਂਦੇ ਸੀਗੇ ਫਿਰ ਜਿਹੜੀਆਂ ਵਿਧਵਾਵਾਂ ਹੁੰਦੀਆਂ ਸੀ ਉਹਨਾਂ ਨੂੰ ਦੁਬਾਰਾ ਵਿਆਹ ਕਰਾਉਣ ਦੀ ਇਜਾਜ਼ਤ ਸੀਗੀ ਤੇ ਉਹਨਾਂ ਨੂੰ ਸਤੀ ਹੋਣ ਦੇ ਲਈ ਮਜਬੂਰ ਨਹੀਂ ਕੀਤਾ ਜਾਂਦਾ ਸੀਗਾ ਫਿਰ ਉੱਚੇ ਵਰਗ ਦੀਆਂ ਜਿਹੜੀਆਂ ਇਸਤਰੀਆਂ ਹੁੰਦੀਆਂ ਸੀਗੀਆਂ ਉਹ ਪੜੀਆਂ ਲਿਖੀਆਂ ਹੁੰਦੀਆਂ ਸੀਗੀਆਂ ਪ੍ਰਸ਼ਾਸਨ ਦੇ ਕੰਮਾਂ ਵਿੱਚ ਵੀ ਉਹ ਭਾਗ ਲੈਂਦੀਆਂ ਸੀਗੀਆਂ ਇਸਤਰੀਆਂ ਨੂੰ ਮੇਲਿਆਂ ਦੇ ਵਿੱਚ ਜਾਣ ਦੀ ਵੀ ਖੁੱਲੀ ਇਜਾਜ਼ਤ ਹੁੰਦੀ ਸੀ ਜੀ ਗੁਪਤ ਕਾਲ ਵਿੱਚ ਕਿਹੜੀ ਜਾਤੀ ਦਾ ਸਮਾਜ ਵਿੱਚ ਬਹੁਤ ਸਤਿਕਾਰ ਸੀ ਬ੍ਰਾਹਮਣਾਂ ਦਾ ਗੁਪਤ ਕਾਲ ਵਿੱਚ ਕੀ ਸੀ ਕਿ ਸਮਾਜ ਆਚਾਰ ਮੁੱਖ ਵਰਗਾਂ ਵਿੱਚ ਵੰਡਿਆ ਹੋਇਆ ਸੀ ਕਿਹੜੇ-ਕਿਹੜੇ ਵਿੱਚ ਬ੍ਰਾਹਮਣ, ਕਸ਼ਤਰੀ, ਵੈਸ਼ ਤੇ ਸ਼ੂਦਰ ਵਿੱਚ ਸਮਾਜ ਵਿੱਚ ਬ੍ਰਾਹਮਣ ਜਿਹੜੇ ਹੁੰਦੇ ਸੀ ਉਹਨਾਂ ਨੂੰ ਸਭ ਤੋਂ ਵੱਧ ਸਤਿਕਾਰ ਮਿਲਦਾ ਸੀਗਾ ਤੇ ਗੁਪਤ ਸ਼ਾਸਕ ਸੀਗੇ ਕਹਿੰਦੇ ਆਪਣਾ ਸ਼ਾਸਨ ਚਲਾਉਣ ਵਿੱਚ ਅਕਸਰ ਜਿਹੜੇ ਸੀਗੇ ਉਹ ਬ੍ਰਾਹਮਣਾਂ ਤੋਂ ਫਲਾਹ ਲੈਂਦੇ ਸੀਗੇ ਤੇ ਇਸ ਕਾਲ ਵਿੱਚ ਕੀ ਹੋਇਆ ਸੀ ਜਾਤੀ ਸੰਬੰਧੀ ਨਿਯਮ ਜਿਹੜੇ ਸੀਗੇ ਜਿਆਦਾ ਕਠੋਰ ਨਹੀਂ ਸੀਗੇ ਪਹਿਲੀਆਂ ਤਿੰਨ ਜਾਤੀਆਂ ਜਿਹੜੀਆਂ ਸੀ ਉਹ ਅੰਤਰਜਾਤੀ ਵਿਆਹ ਵੀ ਕਰਵਾ ਸਕਦੀਆਂ ਸੀਗੀਆਂ ਤੇ ਆਪਣੀ ਮਰਜ਼ੀ ਅਨਸਾਰ ਕੋਈ ਵੀ ਕਿੱਤਾ ਪਣਾ ਸਕਦੇ ਸੀਗੇ ਪਰ ਉਸ ਸਮੇਂ ਕੀ ਸੀ ਸੂਦਰ ਹੁੰਦੇ ਸੀ ਜਾਂ ਜਿਹੜੇ ਚੰਡਾਲ ਹੁੰਦੇ ਸੀ ਉਹਨਾਂ ਨਾਲ ਮਾੜਾ ਸਲੂਕ ਕੀਤਾ ਜਾਂਦਾ ਸੀ ਉਹਨਾਂ ਦੀ ਜਿਹੜੀਆਂ ਵਸਤੀਆਂ ਹੁੰਦੀਆਂ ਸੀ ਸ਼ਹਿਰ ਤੋਂ ਬਾਹਰ ਹੁੰਦੀਆਂ ਸੀ ਤੇ ਸਮਾਜ ਵਿੱਚ ਜਿਹੜੀ ਸ਼ੂਤ ਸ਼ਾਦੀ ਪ੍ਰਥਾ ਵਾ ਉਹ ਵੀ ਉਸ ਟਾਈਮ ਦੇ ਵਿੱਚ ਪ੍ਰਚਲਿਤ ਸੀਗੀ ਗੋਪਤ ਕਾਲ ਵਿੱਚ ਸੂਦਰਾਂ ਜਾਂ ਚੰਡਾਲਾਂ ਨਾਲ ਕਿਹੋ ਜਿਹਾ ਵਿਵਹਾਰ ਕੀਤਾ ਜਾਂਦਾ ਸੀ ਮਾਰਾ ਵਿਵਹਾਰ ਉਹਨਾਂ ਦੀਆਂ ਵਸਤੀਆਂ ਸ਼ਹਿਰ ਤੋਂ ਬਾਹਰ ਹੁੰਦੀਆਂ ਸਨ ਤੇ ਸ਼ੂਤ ਸ਼ਾਦੀ ਪ੍ਰਥਾ ਵੀ ਪ੍ਰਚਲਿਤ ਸੀ ਗੁਪਤ ਕਾਲ ਵਿੱਚ ਦਾਸ ਕਿੰਨਾਂ ਨੂੰ ਬਣਾਇਆ ਜਾਂਦਾ ਸੀ ਗੁਪਤ ਕਾਲ ਦੇ ਵਿੱਚ ਉਹਨਾਂ ਦਾਸ ਪ੍ਰਥਾ ਵਾ ਜਿਹੜੀ ਉਹ ਵੀ ਪ੍ਰਚਲਿਤ ਸੀਗੀ ਇਹਨਾਂ ਨੂੰ ਬਣਾਇਆ ਜਾਂਦਾ ਸੀ ਪਹਿਲੇ ਨੰਬਰ ਤੇ ਹੈ ਲੜਾਈ ਵਿੱਚ ਬਣਾਈ ਗਈ ਕੈਦੀਆਂ ਨੂੰ ਦੂਜੇ ਨੰਬਰ ਤੇ ਜੂਏ ਵਿੱਚ ਹਾਰ ਜਾਣ ਵਾਲਿਆਂ ਨੂੰ ਕੀਜੇ ਨੰਬਰ ਤੇ ਕਰਜ਼ਾ ਨਾ ਚੁਕਾ ਸਕਣ ਵਾਲਿਆਂ ਨੂੰ ਇਹਨਾਂ ਤਿੰਨਾਂ ਨੂੰ ਜਿਹੜਾ ਸੀ ਦਾਸ ਬਣਾਇਆ ਜਾਂਦਾ ਸੀ ਪਰ ਜਿਹੜੀ ਕੀ ਆਪਣੀ ਮਰਜ਼ੀ ਨਾਲ ਸਤੰਤਰ ਵੀ ਹੋ ਸਕਦੇ ਸੀ ਇਹ ਦਾਸ ਪ੍ਰਥਾ ਇੰਨੀ ਕਠੋਰ ਨਹੀਂ ਸੀਗੀ ਉਸ ਟਾਈਮ ਦੇ ਵਿੱਚ ਗੁਪਤ ਕਾਲ ਵਿੱਚ ਕਿਸ ਨੂੰ ਦਾਸ ਨਹੀਂ ਬਣਾਇਆ ਜਾ ਸਕਦਾ ਸੀ ਬ੍ਰਾਹਮਣਾ ਨੂੰ ਗੁਪਤ ਕਾਲ ਵਿੱਚ ਪੁਰਸ਼ ਕਿਹੋ ਜਿਹਾ ਕੱਪੜੇ ਪਹਿਨਦੇ ਸਨ ਪੁਰਸ਼ ਕੁੜਤਾ ਤੇ ਧੋਤੀ ਪਹਿਨਦੇ ਸੀ ਤੇ ਨਾਲ ਨਾਲ ਉਹ ਕੀ ਆ ਪਕੜੀ ਵੀ ਬੰਨਦੇ ਸੀ ਗੁਪਤ ਕਾਨ ਵਿੱਚ ਇਸਤਰੀਆਂ ਦਾ ਪਹਿਰਾਵਾ ਕੀ ਸੀ ਇਸਤਰੀਆਂ ਪੈਟੀ ਕੋਟ ਬਲਾਉਜ਼ ਅਤੇ ਸਾਰੀਆਂ ਪੈਂਦੀਆਂ ਸਨ ਤੇ ਨਾਲ ਹੀ ਜਿਹੜੇ ਸਾਹੀ ਪਰਿਵਾਰ ਹੁੰਦੇ ਸੀ ਉਹਨਾਂ ਦੇ ਜਿਹੜੇ ਕੱਪੜੇ ਹੁੰਦੇ ਸੀ ਉਹਨਾਂ ਦੀਆਂ ਪੋਸ਼ਾਕਾਂ ਸੁੰਦਰ ਤੇ ਕੀਮਤੀ ਹੁੰਦੀਆਂ ਸੀਗੀਆਂ ਇਹ ਤੋਂ ਬਿਨਾ ਇਸਤਰੀਆਂ ਤੇ ਪੁਰਸ਼ ਦੋਨੇ ਜਿਹੜੇ ਸੀ ਗਹਿਣੇ ਪਾਉਣ ਦੇ ਵੀ ਸ਼ਕੀਨ ਸੀਗੇ ਗਹਿਣੇ ਜਿਹੜੇ ਹੁੰਦੇ ਸੀ ਸੋਨੇ ਚਾਂਦੀ ਤੇ ਹਾਥੀਦੰਦ ਦੇ ਬਣੇ ਹੁੰਦੇ ਸੀਗੇ ਤੇ ਉਸ ਸਮੇਂ ਦੀਆਂ ਜਿਹੜੀਆਂ ਇਸਤਰੀਆਂ ਹੁੰਦੀਆਂ ਸੀ ਅੱਜ ਕੱਲ੍ਹ ਦੀਆਂ ਇਸਤਰੀਆਂ ਵਾਂਗ ਫੈਸ਼ਨ ਪਸੰਦ ਸੀਗੀਆਂ ਉਹ ਹਾ ਮਤਲਬ ਸੀ ਕਈ ਤਰ੍ਹਾਂ ਦੇ ਸ਼ਿੰਗਾਰ ਵੀ ਕਰਦੀਆਂ ਸੀਗੀਆਂ ਕੂਬਸੂਰਤੀ ਵਧਾਉਣ ਦੇ ਲਈ ਜਿਵੇਂ ਲਿਪਸਟਿਕ ਹੋ ਗਿਆ ਪਾਊਡਰ ਹੋ ਗਿਆ ਨੌਪਾਲਸ ਹੋ ਗਿਆ ਇਹਨਾਂ ਚੀਜ਼ਾਂ ਦੀ ਵਰਤੋਂ ਕਰਦੀਆਂ ਸੀ ਤੇ ਜੂੜੇ ਬਣਾਉਣ ਵਿੱਚ ਵੀ ਉਹ ਬਹੁਤ ਮਾਹਿਰ ਹੁੰਦੀਆਂ ਸੀਗੀਆਂ ਗੁਪਤਕਾਰ ਵਿੱਚ ਗਹਿਣੇ ਕਿਸ ਚੀਜ਼ ਤੋਂ ਬਣਾਏ ਜਾਂਦੇ ਸਨ ਸੋਨਾ ਚਾਂਦੀ ਅਤੇ ਹਾਥੀ ਦੰਦ ਦੇ